ਲੋਕ ਸਭਾ ਨੂੰ ਲੈ ਕੇ ਤਕਰੀਬਨ ਸਾਰੀਆਂ ਪਾਰਟੀਆਂ ਪੱਬਾਂ ਭਾਰ ਹੈ ਅਤੇ ਅਸੀਂ ਅੱਜ ਨਕੋਦਰ ਦੇ ਵੋਟਰਾਂ ਤੋਂ ਜਾਣਾਂਗੇ ਕਿ ਉਹ ਕਿਸ ਆਧਾਰ 'ਤੇ ਵੋਟ ਕਰਨਗੇ, ਅਕਸਰ ਉਹਨਾਂ ਦੇ ਦਿਲ ਦੇ ਵਿੱਚ ਕੀ ਹੈ, ਉਹ ਕੀ ਚਾਹੁੰਦੇ ਹੈ ਕਿ ਸਾਡਾ ਪਸੰਦੀਦਾ ਉਮੀਦਵਾਰ ਕਿਹੜਾ ਹੈ। ਤਾਂ ਪਾਰਟੀ ਕਾਫੀ ਜ਼ਿਆਦਾ, ਕਈ ਵਾਰ ਉਹ ਨਾਂ ਭੁੱਲ ਜਾਂਦਾ, ਭੁੱਲ ਕੇ ਹੋ ਜਾਂਦਾ, ਕਿਉਂਕਿ ਹੇਰ ਫੇਰ ਕਾਫੀ ਜ਼ਿਆਦਾ ਹੋਇਆ ਨਾ, ਅਦਲਾ ਬਦਲੀ ਕਾਫੀ ਜ਼ਿਆਦਾ ਹੋਈ ਹੈ। ਤਾਂ ਉਹ ਜੋ ਕੈਂਡੀਡੇਟ ਸੀ ਇੱਧਰ ਉੱਧਰ ਵੀ ਕਾਫੀ ਜ਼ਿਆਦਾ ਹੋਇਆ। ਤਾਂ ਪਹਿਲਾਂ ਇੱਕ ਸਰਵੇ ਕੀਤਾ ਸੀ ਜਦੋਂ ਕੋਈ ਸ਼ਸ਼ੀਲ ਕੁਮਾਰ, ਰਿੰਕੂ ਸੀ, ਜਦੋਂ ਆਮ ਆਦਮੀ ਪਾਰਟੀ ਨੂੰ ਟਿਕਟ ਦਿੱਤੀ ਸੀ ਉਦੋਂ ਸਰਵੇ ਅਸੀਂ ਕੀਤਾ ਸੀ, ਪਰ ਉਹ ਥੋੜ੍ਹਾ ਜਿਹਾ ਹੇਰ ਫੇਰ ਹੋ ਗਿਆ ਕਿ ਸ਼ਸ਼ੀਲ ਰਿੰਕੂ ਬਾਅਦ 'ਚ BJP 'ਚ ਆ ਜਾਂਦੇ ਆ, ਤਾਂ ਸਰਵੇ ਦੁਬਾਰਾ ਕਰਨ ਦੀ ਲੋੜ ਤਾਂ ਪਈ। ਤਾਂ ਅੱਜ ਦਾ ਪਹਿਲਾਂ ਮੈਂ ਉਮੀਦਵਾਰ ਦੱਸ ਦੇਣਾ, ਤੁਸੀਂ ਵੀ ਇਸੇ ਤਾਂ ਸਾਰੇ ਜਾਣਦੇ ਹੋ, ਆਮ ਆਦਮੀ ਪਾਰਟੀ ਤੋਂ ਜੋ ਨੇ ਪਵਨ ਕੁਮਾਰ ਟੀਨੂ, ਉਹ ਮੈਦਾਨ ਦੇ ਵਿੱਚ ਨੇ। ਅਕਾਲੀ ਦਲ ਤੋਂ ਮਹਿੰਦਰ ਸਿੰਘ KP ਔਰ ਬਹੁਜਨ ਸਮਾਜ ਪਾਰਟੀ ਤੋਂ ਬਲਵਿੰਦਰ ਕੁਮਾਰ ਔਰ BJP ਤੋਂ ਸ਼ਸ਼ੀਲ ਕੁਮਾਰ ਰਿੰਕੂ, ਕਾਂਗਰਸ ਪਾਰਟੀ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੈਦਾਨ ਦੇ ਵਿੱਚ ਨੇ। CPM ਯਾਨੀ ਕਿ ਕਮਿਊਨਿਸਟਾਂ ਦਾ ਜੋ ਹੈ ਪੁਰਸ਼ੋਤਮ ਬਿਲਗਾ ਮੈਦਾਨ ਦੇ ਵਿੱਚ ਹੈ, ਪਰ ਆਮ ਲੋਕਾਂ ਦਾ ਵੋਟਰਾਂ ਦਾ ਕਹਿਣਾ ਕੀ ਹੈ ਉਸ ਦੇ ਆਧਾਰ 'ਤੇ ਅੱਜ ਆਪਾਂ ਗੱਲਬਾਤ ਕਰਾਂਗੇ। ਤਾਂ ਕੁਛ ਨੌਜਵਾਨ ਸ਼ਾਇਦ ਨਹੀਂ ਕਹਿੰਦੇ, ਨਹੀਂ ਅਸੀਂ ਗੱਲ ਨਹੀਂ ਕਰਨੀ, ਕੋਈ ਨਹੀਂ ਅੱਗੇ ਆਪਾਂ ਤੁਰ ਪੈਂਦੇ ਹਾਂ ਹੌਲੀ ਹੌਲੀ, ਕਿਉਂਕਿ ਸਾਰੇ ਬਾਈ ਗੱਲ ਕਰਦੇ ਵੀ ਨਹੀਂ ਹੁੰਦੇ, ਪਰ ਆਪਾਂ ਗੱਲਬਾਤ ਜ਼ਰੂਰ ਕਰਾਂਗੇ। ਜੋ ਲੋਕ ਗੱਲ ਕਰਨਾ ਚਾਹੁਣਗੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ, ਔਰ ਜੋ ਨਹੀਂ ਚਾਹੁਣਗੇ ਤਾਂ ਚਲੋ ਕੋਈ ਗੱਲ ਨਹੀਂ, ਮਰਜ਼ੀ ਉਹਨਾਂ ਦੀ, ਆਪਣਾ ਕੰਮ ਹੈ, ਉਸ ਹਿਸਾਬ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਤਾਂ ਇੱਧਰ ਬਾਈ ਆਪਣੇ ਨਾਲ, ਪਹਿਲੇ ਬਾਈ ਜੀ ਨਾਲ ਆਪਣੇ ਜੁੜ ਜੋ ਕੇ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਇੱਕ ਮਿੰਟ ਦੇ ਦਿਓ ਜੀ ਸਾਨੂੰ, ਇੱਕ ਮਿੰਟ ਜੀ ਇੱਕ ਆਪਾਂ ਜਾ, ਨਹੀਂ ਬਾਈ ਜੀ ਕਹਿੰਦੇ ਨਹੀਂ, ਔਖਾ ਵਾ ਕਹਿੰਦੇ ਦੂਰ ਚੱਲ ਗਿਆ ਕੈਮਰਾ ਦੇਖਣ ਤੋਂ, ਜਦੋਂ ਦੇਖਿਆ ਤਾਂ ਦੂਰ ਚੱਲ ਗਿਆ। ਚਲੋ ਕੋਈ ਗੱਲ ਨਹੀਂ, ਮਰਜ਼ੀ ਹੈ ਉਹਨਾਂ ਦੀ। ਤਾਂ ਇੱਧਰ ਆਪਾਂ ਅੱਗੇ ਹੋਰ ਦੇਖ ਲੈਂਦੇ ਹਾਂ ਸ਼ਾਇਦ ਇਹਨਾਂ ਦਾ ਕੁਛ। ਅੱਗੇ ਬੱਸ ਸਟੈਂਡ ਦੇ ਆਪਾਂ ਹੁਣ ਬਿਲਕੁਲ ਅੱਗੇ ਮੌਜੂਦ ਹਾਂ, ਅਤੇ ਇੱਧਰ ਕੁਛ ਬਾਈ ਜੀ ਸੁੰਦਰ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਸਰ ਲੋਕਲ ਹੀ ਹੋ ਜੀ? ਨਹੀਂ, ਤੋਂ ਮੁਕਰੀਆ ਕੇ ਮੁਕੇਰੀਆਂ ਸੀ ਉਹ। ਦੇਖੋ ਜੀ, ਇਲੈਕਸ਼ਨ ਦਾ ਟਾਈਮ ਹੈ, ਕੀ ਲੱਗਦਾ ਕਿ ਲੋਕ ਇਸ ਵਾਰ ਕਿਸ ਪਾਰਟੀ ਨੂੰ ਅੱਗੇ ਲੈ ਕੇ ਆਉਣਗੇ? ਆਮ ਆਦਮੀ ਪਾਰਟੀ ਹੈ, ਕਾਂਗਰਸ ਵੀ ਹੈ, ਅਕਾਲੀ ਦਲ ਵੀ ਹੈ, ਬਥੇਰੀਆਂ ਪਾਰਟੀਆਂ ਨੇ ਸਰ ਮੈਦਾਨ ਦੇ ਵਿੱਚ ਨੇ, ਕਿਸ ਨੂੰ ਲੋਕ ਅੱਗੇ ਲੈ ਕੇ ਆਉਣ, ਕੀ ਲੱਗਦਾ ਕੀ ਹੈ? ਉਤਨਾ ਬਾਬੂ ਜੀ, ਹਮ ਲੋਕਾਂ ਨੂੰ ਨਾਲ ਲੈ ਤਾਂ ਨਹੀਂ, ਲੇਕਿਨ ਹਮ ਸਭ ਆਮ ਆਦਮੀ ਕੋ, ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ, ਠੀਕ ਹੈ ਜੀ। ਹਾਂਜੀ ਬਾਈ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਤਾਂ ਜੀ ਕੀ ਕਰਨਾ ਚਾਹੁੰਦੇ ਹਾਂ, ਨਹੀਂ ਕਰਨਾ ਤਾਂ ਕੀ ਹੈ ਬਾਈ ਜੀ, ਮਤਲਬ ਕਹਿਣਾ, ਮਤਲਬ ਤੁਸੀਂ ਕਿਸ ਦਾ ਵਧੀਆ ਕੈਂਡੀਡੇਟ, ਕਿਸ ਨੂੰ ਮੰਨਦੇ ਹੋ, ਕਿਹੜੀ ਪਾਰਟੀ ਨੂੰ ਅੱਗੇ ਆਉਣਾ ਚਾਹੀਦਾ, ਕਿਹੜੇ ਪਾਰਟੀ ਨੇ ਕੰਮ ਕੀਤੇ ਆ ਕਿ ਕਿਸਨੇ ਵੀ ਨਹੀਂ ਕੀਤੇ? ਭਾਅ ਜੀ ਕਿਹਨੂੰ ਕਹੀਏ ਯਾਰ, ਫਿਰ ਵੀ ਐਡ ਜੇ ਮਾੜਾ ਮਾੜਾ ਦੇ ਦਿਓ ਸਾਰੇ ਯਾਰ, ਕੀ ਕਰੀਏ, ਸਾਰੇ ਬਰਾਬਰ ਹੀ ਹੈ, ਬਰਾਬਰ ਹੀ ਹੈ ਸਾਰੇ। ਲਓ ਜੀ, ਇਹਨਾਂ ਨੇ ਕੰਮ ਨਿਬੇੜਦਾ, ਕਹਿੰਦੇ ਸਾਰੇ ਬਰਾਬਰ ਆ। ਹਾਂਜੀ ਬਾਈ ਜੀ, ਤੁਹਾਨੂੰ ਕੀ ਲੱਗਦਾ? ਮੇਰੇ ਹਿਸਾਬ ਨਾਲ ਬਰਾਬਰ ਹੀ ਹੈ ਬਾਈ, ਸਾਰੇ ਬਰਾਬਰ ਹੈ, ਕਿਸੇ ਨੇ ਕੱਖ ਨਹੀਂ ਕੀਤਾ ਗਾ, ਕੱਖ ਕਰਨਾ ਕਿਹਨੇ? ਪਰ ਨਕੋਦਰ ਦੀ ਗੱਲ ਕਰੀਏ, ਸਥਿਤੀ ਕੀ ਹੈ? ਤੁਹਾਨੂੰ ਵੀ ਪਤਾ ਹੀ ਹੈ ਬਾਈ, ਵੈਸੇ ਮੈਂ ਤੁਹਾਡੇ ਮੂੰਹ ਸੁਣ, ਤੁਸੀਂ ਚੰਗੇ ਹੋ ਯਾਰ। ਨਹੀਂ ਇਹ ਮੈਂ ਉਦਾਂ ਗੱਲ ਹੈ, ਤੁਹਾਨੂੰ ਤਾਂ ਦਿਹਾੜੀ ਦਾ, ਸਾਨੂੰ ਅੱਛਾ ਭੈਣ ਜੋ ਪਲੱਸ ਟੂ ਪੜਿਆ ਨੂੰ ਜੋਬ ਨਹੀਂ ਮਿਲਦੀ, ਸਰਕਾਰ ਤਾਂ ਕਹਿੰਦੀ ਘਰ ਘਰ ਦੇ ਚ ਨੌਕਰੀ ਬਣਦੇ, ਉਦੋਂ ਕੈਪਟਨ ਨੇ ਬਣਦੇ ਸੀ, ਉਦੋਂ ਵੀ ਸਰਕਾਰ ਕਹਿ ਰਹੀ ਇੱਕ ਬਥੇਰੀਆਂ ਨੌਕਰੀਆਂ ਦਿੱਤੀਆਂ ਸੀ, ਕੋਈ ਨਹੀਂ ਦਿੱਤੀ ਨੌਕਰੀ, ਜਾਣੀ ਕਿ ਕੱਖ ਨਹੀਂ ਕੀਤਾ, ਵਿਹਲੇ ਫਿਰਦੇ ਆ ਤੇਰੇ ਸਾਹਮਣੇ। ਹਾਂਜੀ ਬਾਈ ਜੀ, ਕੀ ਕਰਦੇ ਹੋ? ਹਾਂਜੀ ਤੁਸੀਂ ਭਾਈ, ਹਾਂਜੀ ਠੀਕ ਹੈ ਵੀਰ ਜੀ, ਤੁਸੀਂ ਸੁਣਾਓ, ਠੀਕ ਹੋ? ਹਾਂਜੀ ਵਧੀਆ ਜੀ। ਹਾਂ ਕੀ ਕੰਮ ਕਰਦੇ ਹੋ ਵੀਰ ਜੀ? ਬਸ ਵਿਹਲੇ ਹੀ ਆ।
ਲੋਕਲ ਹੀ ਆਉਂਗੇ ਕਿੱਦਾਂ? ਅਸੀਂ ਫਿਰੋਜ਼ਪੁਰ ਤੋਂ। ਫਿਰੋਜ਼ਪੁਰ ਤੋਂ ਆਏ ਪਰ ਫਿਰੋਜ਼ਪੁਰ ਨਾਮ ਜ਼ਬਾਨ ਤੇ ਬੜਾ ਔਖਾ ਚੜ੍ਹਦਾ ਪਰ ਨਾਮ ਵੱਡਾ ਹੈ ਨਾ। ਹਾਂਜੀ ਹਾਂਜੀ। ਫਿਰੋਜ਼ਪੁਰ ਕਾਫੀ ਐਕਟਿਵ ਨੇ ਲੀਡਰ ਉੱਧਰ ਵੀ। ਬਿਲਕੁਲ। ਕਿਹੜਾ ਕੈਂਡੀਡੇਟ ਅੱਗੇ ਜਾ ਰਿਹਾ ਉੱਥੇ? ਇਸ ਵੇਲੇ ਭਾਈ ਅੰਮ੍ਰਿਤਪਾਲ ਸਿੰਘ ਜੀ ਅੱਗੇ ਜਾ ਰਹੇ ਆ ਜੀ। ਲੱਗਦਾ ਅੰਮ੍ਰਿਤਪਾਲ ਖਾਲਸਾ ਜਿਹੜੇ ਕਿ ਹੁਣ ਜੇਲ੍ਹ ਦੇ ਵਿੱਚ ਹੈ ਨਾ, ਤੇ ਲੱਗਦਾ ਜਿੱਤ ਜਾਣਗੇ ਉਹ। ਬਿਲਕੁਲ ਜੀ ਬਿਲਕੁਲ। ਕਾਫੀ ਭਾਈ ਇੱਕ ਵੀਡੀਓ ਵਾਇਰਲ ਹੁੰਦੀ ਉਹ 'ਚ ਕਹਿੰਦੇ ਕਿ ਪਿੱਛੇ ਤੁਸੀਂ ਉੱਧਰੋਂ ਆਉਂਦੇ ਹੋ ਨਾ, ਅਤੇ ਕੀ ਲੱਗਦਾ ਕਿ ਸਥਿਤੀ ਕੀ ਹੈ, ਕਿੰਨੇ ਕੁ ਵੋਟਾਂ ਦੇ ਅੱਗੇ ਜਾਣਗੇ ਔਰ ਆਮ ਲੋਕਾਂ ਦੀ ਉੱਥੇ ਕੀ ਹੈ, ਕਿੰਨੇ ਕੁ ਲੋਕ ਸਪੋਰਟ ਕਰ ਰਹੇ? ਮੇਰੇ ਹਿਸਾਬ ਨਾਲ ਕਈਆਂ ਦੀਆਂ ਜਮਾਨਤਾਂ ਵੀ ਜ਼ਬਤ ਹੋਣਗੀਆਂ ਬਾਈ, ਇੰਨੀ ਕੁ ਵੋਟ ਨਾਲ ਅੱਗੇ ਜਾਣਗੇ ਭਾਈ ਸਾਹਿਬ। ਜੇਲ੍ਹ ਚ ਭੇਜਤਾ ਹੁਣ ਲੋਕ ਇਹ ਚਾਹੁੰਦੇ ਵੀ ਨਸ਼ਾ ਬੰਦ ਹੋਵੇ। ਲੋਕ ਕਹਿੰਦੇ ਨਸ਼ਾ ਬੰਦ ਹੋਵੇ ਤੇ ਉਹ ਅੰਮ੍ਰਿਤਪਾਲ ਸਿੰਘ ਖਾਲਸਾ ਕਰਵਾ ਸਕਦੇ? ਬਿਲਕੁਲ ਕਰਵਾ ਸਕਦੇ ਆ ਜੀ। ਹੋਰ ਮੈਦਾਨ ਚ ਉੱਥੇ ਕਿਹੜੇ ਕਿਹੜੇ ਉਮੀਦਵਾਰ ਹੈ? ਉਮੀਦਵਾਰ ਉੱਥੇ ਹੈਗਾ ਜੀ ਕੁਲਬੀਰ ਸਿੰਘ ਜੀਰਾ। ਕੁਲਬੀਰ ਸਿੰਘ ਜੀਰਾ ਉੱਥੋਂ ਦੇ ਹੈ ਨਾ, ਉੱਥੋਂ ਇਲੈਕਸ਼ਨ ਲੜ ਰਹੇ, ਉਹਨਾਂ ਦਾ ਕੀ ਲੱਗਦਾ? ਉਹਨਾਂ ਨੂੰ ਵੀ ਵੋਟ ਪਏਗੀ ਜੀ, ਇਹ ਤਾਂ ਹੈ ਨਹੀਂ ਵੀ ਕਿਸੇ ਕੈਂਡੀਡੇਟ ਨੂੰ ਵੋਟ ਨਾ ਪਵੇ। ਬੀਜੇਪੀ ਦਾ ਕਾਫੀ ਜ਼ਿਆਦਾ ਵਿਰੋਧ ਹੋਇਆ ਉਹ ਵਾਲੀ ਸਾਈਡ ਤੋਂ। ਹਾਂਜੀ ਹਾਂਜੀ। ਉੱਥੇ ਕੀ ਲੱਗਦਾ? ਨਹੀਂ ਜੀ ਬੀਜੇਪੀ ਸਾਡੇ ਨਹੀਂ ਹੈਗੀ ਜੀ, ਕੋਈ ਸਟਰੋਂਗ ਨਹੀਂ ਹੈ। ਨਹੀਂ ਜੀ ਨਹੀਂ। ਬਾਕੀ ਜੇ ਹੋਰ ਉਸੇ ਸੀਟ ਤੋਂ ਅਕਾਲੀ ਦਲ ਦਾ ਉਮੀਦਵਾਰ ਵੀ ਉਮੀਦਵਾਰ ਦੋਵੇਂ ਜਣੇ ਅੱਗੇ ਜਾ ਰਹੇ ਆ, ਬਾਕੀ ਸਾਰੇ ਪਿੱਛੇ। ਵਲਟੋਏ ਤੋਂ ਹੈਗਾ, ਕੀ ਨਾਮ ਹੈ ਆਪਣੇ ਵਲਟੋਏ ਵਾਲੇ ਦਾ? ਵਿਰਸਾ ਸਿੰਘ ਵਲਟੋਹਾ। ਵਿਰਸਾ ਸਿੰਘ ਵਲਟੋਹਾ ਉਹ ਅਕਾਲੀ ਦਲ ਤੋਂ ਇਲੈਕਸ਼ਨ ਲੜ ਰਹੇ ਮੇਰੇ ਹਿਸਾਬ ਨਾਲ। ਠੀਕ ਆ ਜੀ। ਹਾਂਜੀ। ਤਾਂ ਕਹਿੰਦੇ ਬਾਈ ਜੀ ਗੱਲ ਨਕੋਦਰ ਤੋਂ, ਪਰ ਕਹਿੰਦੇ ਕਿ ਉੱਥੋਂ ਦੀ ਜੋ ਕੰਡੀਸ਼ਨ ਹੈ, ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅੱਗੇ ਜਾ ਰਿਹਾ। ਹਾਂਜੀ ਬਾਈ, ਤੁਸੀਂ ਵੀ ਉੱਧਰੋਂ ਆਏ ਹੋ? ਨਹੀਂ ਨਹੀਂ ਨਹੀਂ, ਆਪਾਂ ਇੱਥੇ ਲੋਕਲ ਹੀ, ਤੁਸੀਂ ਲੋਕਲ ਹੀ ਹੋ ਨਕੋਦਰ ਤੋਂ, ਤਾਂ ਨਕੋਦਰ ਦੀ ਸਥਿਤੀ ਕੀ ਹੈ, ਕੀ ਲੱਗਦਾ ਕੀ ਹੈ? ਆਪਾਂ ਕੋਈ ਕਹਿ ਨਹੀਂ ਸਕਦੇ, ਮੇਰੇ ਹਿਸਾਬ ਨਾਲ ਝਾੜੂ ਜਿੱਤ ਜੂਗਾ ਜੀ। ਝਾੜੂ ਇੱਕ ਜਿੱਤ ਜੂਗਾ ਨਾ? ਹਾਂਜੀ। ਲੋਕ ਵੋਟ ਕਰਨਗੇ? ਕਰਨਗੇ ਜੀ। ਠੀਕ ਆ ਜੀ। ਇੱਧਰ ਵੀ ਝਾੜੂ ਦੀ ਵੋਟ ਇੱਕ ਵੱਧ ਗਈ, ਉੱਧਰ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਬਾਈ ਜੀ ਕਹਿੰਦੇ ਕਿ ਅੱਗੇ ਜਾਣਗੇ। ਹਾਂਜੀ ਬਾਈ ਜੀ, ਤੁਸੀਂ ਲੋਕਲ ਹੋ ਕਿੱਥੋਂ ਜੀ? ਨਹੀਂ, ਫਿਰੋਜ਼ਪੁਰ ਤੋਂ। ਠੀਕ ਹੈ ਜੀ। ਤੁਸੀਂ ਤੁਹਾਨੂੰ ਕੀ ਲੱਗਦਾ, ਬਾਈ ਕਹਿੰਦੇ ਕਿ ਅੰਮ੍ਰਿਤਪਾਲ ਸਿੰਘ ਖਾਲਸਾ ਉੱਥੋਂ ਅੱਗੇ ਜਾ ਰਿਹਾ, ਤੁਹਾਨੂੰ ਕੀ ਲੱਗਦਾ? ਉਹੀ ਜਾਣਗੇ ਅੱਗੇ, ਉਹ ਪੱਕੀ ਗੱਲ ਹੈ ਕਿ ਅੱਗੇ ਜਾਣਗੇ ਪੱਕੀ ਪੱਕੀ। ਬਾਈ ਜੀ ਕਹਿੰਦੇ, ਕੋਈ ਨਹੀਂ ਬਾਈ ਜੀ ਕਹਿੰਦੇ ਕਿ ਉੱਥੋਂ ਕਈ ਜਾਂਦੇ ਜਮਾਨਤਾਂ ਵੀ ਜ਼ਬਤ ਹੋਣਗੀਆਂ, ਕਹਿੰਦੇ ਕਿ ਭਾਰੀ ਸਪੋਰਟ ਲੋਕ ਕਰਦੇ ਆ ਅੰਮ੍ਰਿਤਪਾਲ ਸਿੰਘ ਖਾਲਸਾ ਦੀ, ਕੀ ਲੱਗਦਾ ਕੀ ਹੈ? ਲੱਗਦਾ ਕਿ ਸਪੋਰਟ ਹੈਗੀ ਆ, ਦਿਲੋਂ ਫੁੱਲ ਸਪੋਰਟ ਹੈ। ਤੁਸੀਂ ਵੀ ਸਪੋਰਟ ਕਰਦੇ ਹੋ? ਪੂਰੀ ਪੂਰੀ ਜੀ। ਤਾਂ ਵੀਰ ਜੀ ਸਾਡੇ ਤਾਂ ਕਈ ਪਿੰਡਾਂ ਦੇ ਵਿੱਚ ਲਿਖ ਕੇ ਲਾ ਤਾ, ਭਾਈ ਅੰਮ੍ਰਿਤਪਾਲ ਤੋਂ ਸਿਵਾ ਕੋਈ ਸਾਡੇ ਪਿੰਡ ਵੋਟ ਮੰਗਣ ਨਾ ਆਵੇ। ਪਿੰਡਾਂ 'ਚ ਲਿਖ ਕੇ ਲਾਤਾ? ਬਿਲਕੁਲ ਜੀ। ਤੁਸੀਂ ਬਾਈ ਜੀ ਕਿਹੜੇ ਪਿੰਡ ਤੋਂ? ਅਸੀਂ ਫਿਰੋਜ਼ਪੁਰ ਦੇ ਨੇੜੇ ਹੈਗਾ ਜ਼ੀਰਾ ਕਸਬਾ, ਉੱਥੋਂ ਹੈ ਕਸਬਾ। ਤੁਸੀਂ ਜ਼ੀਰੇ ਹੋ ਤੇ ਹੋ ਕਿ ਨੇੜੇ ਕੋਈ ਪਿੰਡ ਹੈ? ਨਹੀਂ ਨਹੀਂ, ਬਿਲਕੁਲ ਜ਼ੀਰੇ ਤੋਂ ਜੀ। ਨਹੀਂ ਬਾਈ ਜੀ, ਜ਼ੀਰੇ ਤੋਂ ਆਇਆ ਤਾਂ ਉੱਥੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅੱਗੇ ਚੱਲ ਰਿਹਾ। ਕੋਈ ਨਹੀਂ ਬਾਈ ਜੀ, ਵਾਪਸ ਆਉਂਦੇ ਤੁਹਾਡੀ ਗੱਲਬਾਤ ਕਰਾਂਗੇ, ਪਰ ਅੱਗੇ ਹੋਰ ਬਾਈ ਜੀ ਵੀ ਕਾਫੀ ਹੈ ਤਾਂ ਇੱਥੇ ਗੱਲਬਾਤ ਸਾਰਿਆਂ ਨਾਲ ਆਪਾਂ ਬਾਈ ਜੀ ਪਤਾ ਨਹੀਂ ਕੁਛ ਲੋਕ ਕੈਮਰਾ ਦੇਖਦੇ ਸਾਰੇ ਥੋੜ੍ਹੇ ਦੂਰ ਚਲੇ ਜਾਂਦੇ ਆ। ਚਲੋ ਕੋਈ ਗੱਲ ਨਹੀਂ, ਆਪਾਂ ਅੱਗੇ ਚੱਲਦੇ ਹਾਂ। ਤਾਂ ਹਾਂ ਵੀਰ ਜੀ, ਐਨ ਐਨ ਆਰ ਨਿਊਜ਼ ਪੜ੍ਹ ਲਿਓ ਹੈ ਫੇਸਬੁੱਕ। ਤਾਂ ਅੱਗੇ ਸਥਿਤੀ ਤੁਸੀਂ ਹੋਰ ਵੀ ਥੋੜ੍ਹੀ ਜਿਹੀ ਆਪਾਂ ਨਕੋਦਰ ਦੀ ਗੱਲਬਾਤ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਅਕਸਰ ਨਕੋਦਰ ਦੇ ਲੋਕ ਚਾਹੁੰਦੇ ਕੀ ਹੈ, ਕਿਸ ਨੂੰ ਵੋਟ ਕਰਨਗੇ, ਕਿਹੜੀ ਪਾਰਟੀ ਅੱਗੇ ਜਾ ਰਹੀ ਹੈ, ਤਾਂ ਨਕੋਦਰ ਦੀ ਸਥਿਤੀ ਜਾਣਾਂਗੇ। ਮੈਨੂੰ ਲੱਗਦਾ ਬਾਈ ਜੀ ਗੱਲਬਾਤ ਆਪਣੇ ਕਰਨਗੇ, ਦੇਖਦੇ ਹਾਂ ਸਾਰੇ ਖੁਸ਼ ਹੋ ਗਏ ਹੋ। ਹੋਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾ ਵੀਰੇ? ਠੀਕ ਠਾਕ ਵਧੀਆ ਜਨਾਬ, ਸਤਿ ਸ਼੍ਰੀ ਅਕਾਲ ਬਾਈ ਜੀ। ਕੀ ਲੱਗਦਾ ਕੀ ਹੈ ਵੋਟਾਂ ਵਿੱਚ ਕੀ ਚੱਲ ਰਿਹਾ, ਕਿਹੜੀ ਪਾਰਟੀ ਅੱਗੇ ਸਿਸਟਮ ਚੱਲ ਰਹੀ ਹੈ? ਸਰਾਮ ਵੋਟਾਂ ਵਿੱਚ ਹੁਣ ਕੁਛ ਨਹੀਂ ਕਹਿ ਸਕਦੇ ਵੀ, ਫਿਰ ਹੀ ਕੈਂਡੀਡੇਟ ਬਥੇਰੇ ਆ। ਮੈਨੂੰ ਤਾਂ ਚੇਤਾ ਭੁੱਲ ਗਿਆ ਸੀ, ਮੈਂ ਤਾਂ ਲਿਖ ਕੇ ਲੈ ਕੇ ਆਇਆ, ਮੈਂ ਚਲ ਉੱਦਾਂ ਗੱਲ ਨਹੀਂ ਬਣਦੀ। ਹਾਂਜੀ, ਤੁਹਾਨੂੰ ਮੈਂ ਪਰਚੀ ਦਿਖਾਉਣਾ, ਦੇਖੋ ਬਾਈ ਜੀ ਆਹ ਵਾ।
ਕਿਉਂਕਿ ਅਦਲਾ ਬਦਲੀ ਕਾਫੀ ਜ਼ਿਆਦਾ ਹੋਈ ਨਾ, ਉੱਧਰੋਂ ਦੂਜੀ ਪਾਰਟੀ ਚੱਲ ਗਿਆ ਉੱਧਰੋਂ ਆ ਗਿਆ। ਦੇਖੋ ਆਮ ਆਦਮੀ ਪਾਰਟੀ ਪਵਨ ਕੁਮਾਰ ਟਿੰਨੂ ਆ ਜੀ, ਅਕਾਲੀ ਦਲ ਤੋਂ ਮਹਿੰਦਰ ਸਿੰਘ ਕੇਪੀ, ਬਹੁਜਨ ਸਮਾਜ ਪਾਰਟੀ ਤੋਂ ਬਲਵਿੰਦਰ ਕੁਮਾਰ, ਬੀਜੇਪੀ ਦਾ ਸੁਸ਼ੀਲ ਰਿੰਕੂ, ਕਾਂਗਰਸ ਚਰਨਜੀਤ ਚੰਨੀ ਔਰ ਸੀਪੀਐਮ ਤੋਂ ਪਰਸ਼ੋਤਮ ਲਾਲ ਬਿਲਗਾ। ਬਿਲਕੁਲ, ਕੀ ਲੱਗਦਾ ਕੀ ਆ ਜਨਾਬ? ਦੇਖੋ ਆਪਾਂ ਆਮ ਨਿਊਜ਼ ਦੇਖਦੇ ਹਾਂ, ਹਮੇਸ਼ਾ ਕੁਛ ਨਹੀਂ ਕਹਿ ਸਕਦੇ, ਦੋਵਾਂ ਹਰ ਇੱਕ ਪਾਸੇ ਦਾ ਪਲਟਾ ਪੱਲਾ ਭਾਰੀ ਲੱਗਦਾ ਸਾਰਿਆਂ ਦਾ, ਜਾਨੀ ਕਿ ਕੰਮ ਬਰਾਬਰ ਹੀ ਚੱਲ ਰਿਹਾ। ਇਹ ਤਾਂ ਹੁਣ 2 ਤਰੀਕ ਨੂੰ ਪਤਾ ਲੱਗੂਗਾ ਵੀ ਕਿਹੜਾ ਨੇਤਰ ਦਾ। ਠੀਕ ਹੈ ਜੀ, ਹਾਂਜੀ ਬਾਈ ਜੀ, ਲੋਕਲ ਹੀ ਹੋ ਤੁਸੀਂ ਜੀ? ਹਾਂਜੀ ਹਾਂਜੀ। ਹਾਂ, ਕੀ ਲੱਗਦਾ ਨਕੋਦਰ ਦੇ ਵਿੱਚ ਕਿਹੜੀ ਪਾਰਟੀ ਅੱਗੇ ਚੱਲ ਰਹੀ ਹੈ ਇਸ ਟਾਈਮ? ਪਾਰਟੀ ਤਾਂ ਜਾਨੀ ਕਿ ਇੱਦਾਂ ਹੀ ਹਲੇ ਚੱਲੀ ਜਾਂਦਾ, ਪਰ ਚੰਨੀ ਸਾਹਿਬ ਆਉਣੇ ਚਾਹੀਦੇ ਆ। ਚੰਨੀ ਚਾਹੀਦੇ, ਚੰਨੀ ਨੂੰ ਵੋਟ ਪਾਉਂਗੇ, ਬਾਉਣੀ ਵੋਟ ਪਾ ਚੰਨੀ ਨੂੰ ਆਪਾਂ। ਜਾਨੀ ਕਿ ਸਾਬਕਾ ਮੁੱਖ ਮੰਤਰੀ ਤੁਸੀਂ ਤੁਹਾਡੀ ਨਜ਼ਰ ਚੋਂ ਜਿੱਤਦੇ ਨਜ਼ਰ ਆ ਰਹੇ ਆ। ਬਿਲਕੁਲ ਬਿਲਕੁਲ ਬਿਲਕੁਲ, ਨਾਲੇ ਸਾਡਾ ਭਾਈ ਭਰਾ ਆ ਬਈ, ਅਸੀਂ ਉਹਨੂੰ ਵੋਟ ਪਾਉਣੀ ਆ ਤੇ ਜਿਤਾਉਣਾ ਵਾ। ਲਓ ਜੀ, ਵੋਟਾਂ ਥੋੜੀਆਂ ਬਰਾਬਰ ਹੋ ਗਈਆਂ, ਪਹਿਲਾਂ ਆਮ ਆਦਮੀ ਔਰ ਚਰਨਜੀਤ ਚੰਨੀ ਦੀ। ਹਾਂਜੀ ਬਾਈ ਜੀ, ਆਪਾਂ ਨੇ ਤੁਸੀਂ ਕੀ ਕਹਿਣਾ ਚਾਹੋਗੇ? ਚੰਨੀ ਸਾਹਿਬ ਜੀ, ਚੰਨੀ ਸਾਹਿਬ ਜੀ, ਲਓ ਜੀ ਚੰਨੀ ਸਾਹਿਬ ਜੀ ਲਗਾਤਾਰ ਵੋਟਾਂ ਵੱਧ ਰਹੀਆਂ ਨਕੋਦਰ ਤੋਂ। ਹਾਂਜੀ, ਅਗਲੇ ਤੁਸੀਂ ਚੰਨੀ ਨੇ ਵੋਟ ਪਾਉਣੀ ਆਪਾਂ ਕਾਂਗਰਸ ਦਾ ਪੰਜਾਬ ਮੈਂ ਚੰਨੀ ਨੇ ਵੋਟ ਤੁਸੀਂ ਪਾਉਣੀ? ਹਾਂਜੀ ਹਾਂਜੀ। ਚੰਨੀ ਕੀ ਲੱਗਦਾ ਚੰਨੀ ਨੂੰ ਵੋਟ ਕਿਉਂ ਪਾਓਗੇ? ਬੰਦੇ ਨੇ ਦੇ ਲਓ, ਕਈ 110 ਦਿਨਾਂ ਦੇ ਕੀ, ਇੱਕ ਦਿਨ ਕੀਤਾ ਕਿਸੇ ਨੇ, 80 ਸਾਲ ਨਹੀਂ ਕੰਮ ਕੀਤਾ। ਆਮ ਆਦਮੀ ਵਾਲੇ ਤਾਂ ਕਹਿੰਦੇ ਸੀ ਬਥੇਰੇ ਕੰਮ ਕਰਦੇ, ਇਹ ਕਰਦੇ ਉਹਨੂੰ ਤਾਂ ਮੰਨਾ, ਕਾਲੀ ਟਿਕਣ ਹੀ ਨਹੀਂ ਦਿੰਦੇ ਉਹਦਾ। ਆ ਦੇਖੋ ਪਾਣੀ ਇੱਥੇ, ਪਾਣੀ ਉੱਥੇ, ਤੇ ਆ ਪਾਣੀ ਹੈ ਨਹੀਂ ਅੱਡੇ ਦੇ ਵਿੱਚ, ਅੱਡੇ 'ਚ ਪਾਣੀ ਹੈ ਨਹੀਂ, ਆ ਉਹਨਾਂ ਪੱਖੇ ਆ, ਪੀਣ ਲਈ ਪਾਣੀ ਵੀ ਹੈ ਨਹੀਂ ਗਾ, ਇੱਥੇ ਪੱਖੇ ਵੀ ਹੈ ਨਹੀਂ, ਇੱਥੇ ਆ ਜਨਤਾ ਦੇ ਤਾਂ ਉੱਥੇ ਭੁੱਖੀ ਮਰਦੀ ਆ ਪਾਣੀ ਤੋਂ। ਉਹ ਆਪਣੇ 20 ਰੁਪਏ ਦੀ ਬੋਤਲ ਲੈਂਦੇ ਪਾਣੀ ਵਾਲੀ, ਅਤੇ ਠੰਡੇ ਪਾਣੀ ਵਾਲਾ ਕੂਲਰ ਹੀ ਹੈ ਨਹੀਂ, ਵਾਟਰ ਕੂਲਰ ਹੀ ਹੈ ਨਹੀਂ ਗਾ ਜੀ। ਪੱਖੇ ਆ, ਕੀ ਬਣਾਇਆ, ਕੋ ਨਹੀਂ ਬਣਾਇਆ, ਐ ਤੀ ਚੰਨੀ ਆ, ਤੀ ਉੱਤੇ ਜਾ ਰਿਹਾ ਆ, ਚੰਨੀ ਜਿੱਤੂਗਾ, ਚੰਨੀ ਨੂੰ ਵੋਟਾਂ ਪਾਉਂਗੇ। ਹਾਂਜੀ, ਲਓ ਬਾਈ, ਚੰਨੀ ਦੇ ਸਪੋਰਟਰ ਵੋਟਾਂ ਵੱਧ ਗਏ, ਕਹਿੰਦੇ ਅਸੀਂ ਕਾਂਗਰਸ ਹੀ, ਚੰਨੀ ਨੂੰ ਵੋਟ ਪਾਉਣੀ ਹੈ, ਪਰ ਅੱਗੇ ਆਪਾਂ ਹੋਰ ਚੱਲਦੇ ਹਾਂ, ਹੋਰ ਪੱਖ ਹੋਰ ਵਿਊ ਵੀ ਲਵਾਂਗੇ ਆਪਾਂ। ਤਾਂ ਚਰਨਜੀਤ ਚੰਨੀ ਦਾ ਸਾਬਕਾ ਮੁੱਖ ਮੰਤਰੀ ਨੇ ਜੋ, ਉਹਨਾਂ ਦਾ ਵੋਟ ਇੱਥੋਂ ਵੱਧਦੀ ਨਜ਼ਰ ਆ ਰਹੀ ਹੈ, ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਕਿ ਅਸੀਂ ਚਰਨਜੀਤ ਚੰਨੀ ਨੂੰ ਵੋਟ ਪਾਵਾਂਗੇ, ਕੰਮ ਉਹਨਾਂ ਨੇ ਕੀਤੇ ਆ, ਪਰ ਅੱਗੇ ਦੇਖ ਲੈਂਦੇ ਆਪਾਂ। ਬਥੇਰੇ ਬੱਸ ਸਟੈਂਡ ਦੇ ਵਿੱਚ ਮੌਜੂਦ ਆ, ਬਹੁਤ ਸਾਰੇ ਲੋਕ ਖੜ੍ਹੇ ਆ, ਤਾਂ ਇੱਧਰ ਤੁਸੀਂ ਦੇਖ ਸਕਦੇ ਹੋ, ਇੱਧਰ ਬਾਜੀ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸੁਣਾਓ ਜੀ, ਠੀਕ ਠਾਕ ਹੋ ਜੀ? ਹਾਂਜੀ ਹਾਂਜੀ ਵਧੀਆ। ਕਿਹੜੇ ਏਰੀਏ ਤੋਂ ਜੀ? ਇੱਥੋਂ ਹੀ ਆ ਜੀ, ਨਕੋਦਰ। ਕੀ ਲੱਗਦਾ ਨਕੋਦਰ ਦੇ ਵਿੱਚ ਲੋਕ ਵੋਟ ਕਿਸ ਨੂੰ ਕਰਨਗੇ, ਔਰ ਕਿਸ ਆਧਾਰ 'ਤੇ ਕਰਨਗੇ, ਕੰਮ ਕਿਸ ਨੇ ਕੀਤਾ ਜੀ? ਦੇਖੋ ਇਹ ਕੰਮ ਜੇ ਦੇਖੀਏ ਤਾਂ ਆਪਣੇ ਕੀਤੇ ਜੀ, ਆਪਣੇ ਆਮ ਆਦਮੀ ਪਾਰਟੀ ਨੇ ਜੀ। ਹਾਂ, ਕੀ ਲੱਗਦਾ ਕਿ ਹੁਣ ਲੋਕ ਆਮ ਆਦਮੀ ਨੂੰ ਵੋਟ ਕਰਨਗੇ? ਲੱਗਦਾ ਨਕੋਦਰ 'ਚ ਉਹੀ ਲੈ ਕੇ ਜਾਣਗੇ ਜੀ। ਨਕੋਦਰ 'ਚ ਅੱਗੇ ਚੱਲ ਰਹੀ ਹੈ ਤੁਹਾਡੇ ਮੁਤਾਬਕ? ਅੱਗੋ ਮਿਕਸੀ ਵਰਾਇਟੀ ਚੱਲ ਰਹੀ ਹੈ ਜੀ। ਯਾਨੀ ਕਿ ਆਮ ਆਦਮੀ ਨੂੰ ਵੋਟ ਲੋਕ ਵੀ ਕਰਨਗੇ? ਹਾਂ, ਆਮ ਆਦਮੀ ਲੋਕ ਵੀ ਇੱਕ ਵੋਟ ਕਰਨਗੇ ਜੀ, ਅਤੇ ਬਾਕੀ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਜਿਵੇਂ ਕੋਈ ਲੁਧਿਆਣਾ 'ਚ ਰਾਜਾ ਵੜਿੰਗ ਦਾ ਜ਼ੋਰ ਚੱਲ ਰਿਹਾ, ਉੱਧਰ ਕਾਂਗਰਸ ਦੇ ਚੱਲ ਰਿਹਾ, ਅਤੇ ਇੱਧਰ ਵਾਲੀ ਸੀਟ ਜਲੰਧਰ 'ਤੇ ਇਹ ਆਮ ਆਦਮੀ ਪਾਰਟੀ ਚੱਲ ਰਹੀ ਹੈ ਜੀ। ਠੀਕ ਆ ਜੀ, ਤਾਂ ਉਹ ਬਾਈ ਜੀ ਕਹਿੰਦੇ ਕਿ ਲੁਧਿਆਣੇ ਦੀ ਵੀ ਗੱਲ ਆ ਗਈ ਕਿ ਉੱਧਰ ਰਾਜਾ ਵੜਿੰਗ ਨੂੰ ਲੋਕ ਵੋਟ ਕਰਨਗੇ, ਅਤੇ ਇੱਥੇ ਜੋ ਮੌਜੂਦਾ ਸਥਿਤੀ ਹੈ ਤਾਂ ਇੱਥੇ ਲੋਕ ਵੋਟ ਕਰਨਗੇ, ਆਮ ਆਦਮੀ ਪਾਰਟੀ ਦਾ ਵੀ ਜ਼ਿਕਰ ਹੋਇਆ। ਤਾਂ ਬੱਸ ਸਟੈਂਡ ਤੋਂ ਬਾਹਰ ਦੀ ਗੱਲਬਾਤ ਕਰਾਂਗੇ ਆਪਾਂ ਹੁਣ, ਇੱਥੇ ਬਥੇਰੇ ਬਾਈ ਜੀ ਆ ਗਿਆ, ਆ ਬਾਈ ਜੀ ਮਕੈਨਿਕ ਲੱਗਦੇ ਆ। ਹਾਂਜੀ ਬਾਈ ਜੀ, ਕੀ ਹਾਲ ਹੈ? ਠੀਕ ਹੈ ਜੀ, ਗੱਡੀਆਂ ਗੁੱਡੀਆਂ ਬਣਾ ਕੇ ਆਏ ਹੋ? ਹਾਂਜੀ ਹਾਂਜੀ ਹਾਂਜੀ। ਕੀ ਲੱਗਦਾ ਨਕੋਦਰ 'ਚ ਕਿਹੜੀ ਪਾਰਟੀ ਮਜ਼ਬੂਤ ਚੱਲ ਰਹੀ ਹੈ ਜੀ? ਬੀਜੇਪੀ। ਬੀਜੇਪੀ ਚੱਲ ਰਹੀ ਹੈ, ਠੀਕ ਆ। ਬੀਜੇਪੀ ਨੂੰ ਲੋਕ ਵੋਟ ਕਰਨਗੇ? ਬੇਸ਼ ਕਿਸਾਨ ਤਾਂ ਵਿਰੋਧ ਹੀ ਬੜੇ ਕਰਦੇ ਜੀ, ਹੁਣ ਕੀ ਕਹਿ ਸਕਦੇ ਹਾਂ ਜੀ, ਆਹ ਬੰਦਾ ਸਾਡਾ, ਇਹਨਾਂ ਨਾਲ ਗੱਲ ਕਰੋ। ਹਾਂਜੀ ਹਾਂਜੀ ਵੀਰ ਜੀ, ਕੀ ਹਾਲ ਹੈ? ਬਹੁਤ ਵਧੀਆ ਜੀ। ਤੁਸੀਂ ਕੀ ਦੇਖਦੇ ਹੋ ਨਕੋਦਰ ਦੀ ਸਥਿਤੀ, ਕੀ ਦੇਖਦੇ ਹੋ, ਕਿਸ ਆਧਾਰ 'ਤੇ ਲੋਕ ਵੋਟ ਔਰ ਕਿਸ ਨੂੰ ਕਰਨਗੇ? ਮੇਰ ਕੇ ਕੋਈ ਪਤਾ ਨਹੀਂ, ਕੰਮ ਬਰਾਬਰ ਹੀ ਚੱਲ ਰਿਹਾ, ਕੰਮ ਜਿਹੜਾ ਮਰਜ਼ੀ ਆਵੇ ਖਾਣਾ ਹੀ ਆ ਸਭ ਨੇ।
ਸਭ ਨੇ ਖਾਣਾ ਜਾਣੀ ਕਿ ਕੋਈ ਉਮੀਦਵਾਰ ਪਸੰਦ ਨਹੀਂ ਹੈ? ਨਾ ਨਾ ਜੀ ਨਾ, ਆਮ ਆਦਮੀ ਮੇਲੇ ਕਹਿੰਦੇ ਤਾਂ ਅਸੀਂ ਬਥੇਰੇ ਕੰਮ ਕਰਦੇ, ਢਿੱਡ ਭਰੋ ਹਿੰਦੁਸਤਾਨ ਦਾ ਬੇੜਾ ਕਰਕੇ ਕਰੋ। ਲੱਗਦਾ ਸਰਕਾਰਾਂ ਤੋਂ ਅੱਕ ਗਏ ਹੋ ਜੀ? ਸਰਕਾਰਾਂ ਦਾ ਕੀ ਹੈ ਜੀ, ਦੱਸੋ, ਆਈ ਜਾਂਦੇ ਆ, ਆਈ ਜਾਂਦੇ ਆ, ਆਪਦਾ ਪਰਿਵਾਰ ਚਲਾਈ ਜਾਂਦੇ ਆ, ਬਾਕੀ ਦੁਨੀਆਂ ਨੂੰ ਲੱਗਦਾ ਇਸ ਵਾਰ ਕੋਈ ਜਲੰਧਰ ਵਾਸੀ ਕੋਈ ਲੱਗ ਜਾ ਉਮੀਦਵਾਰ ਜਿਤਾਉਣਗੇ ਕਿ ਪੁਰਾਣਾ ਜੋ ਮਾਹੌਲ ਉਹੀ ਚੱਲੂਗਾ? ਦੇਖੋ ਇਹ ਸਭ ਪੁਰਾਣਾ ਹੀ ਹੈ, ਇਹ ਤਾਂ ਮੌਕੇ ਸਿਰ ਪਤਾ ਲੱਗਦਾ ਵੀ ਹਾਂ ਕਿੱਧਰ ਨੂੰ ਇਹਨਾਂ ਨੇ ਬਟਨ ਨੱਪਣਾ ਵਾ, ਮੌਕੇ 'ਤੇ ਪਤਾ ਲੱਗੂਗਾ। ਨਾ ਅਸੀਂ ਨਹੀਂ ਸੁਧਰ ਸਕਦੇ, ਉਹਨਾਂ ਨੇ ਕੀ ਸੁਧਰਨਾ ਹੈਗਾ? ਇੰਨੇ ਜ਼ਿਆਦਾ ਸੁਧਾਰ ਖੰਡ ਹੈ, ਉਹ ਨਹੀਂ ਇੰਨੇ ਜ਼ਿਆਦਾ ਹੋਇਆ, ਹੋਰ ਕੀ ਹੋਣਾ। ਬੱਸ ਸਟੈਂਡ ਦਾ ਕਿਤੇ ਨਾ ਕਿਤੇ ਜ਼ਿਕਰ ਜ਼ਰੂਰ ਹੁੰਦਾ, ਬੱਸ ਸਟੈਂਡ ਦਾ ਜ਼ਿਕਰ ਲਗਾਤਾਰ ਹੋ ਰਿਹਾ। ਕਹਿੰਦੇ ਕਿ ਬੱਸ ਸਟੈਂਡ ਨਹੀਂ ਬਣ ਰਿਹਾ, ਅਸੀਂ ਬੱਸ ਸਟੈਂਡ ਦੇ ਵਿੱਚ ਮੌਜੂਦ ਸੀ, ਔਰ ਬੱਸ ਸਟੈਂਡ ਦਾ ਜੋ ਜ਼ਿਕਰ ਲਗਾਤਾਰ ਹੋ ਰਿਹਾ, ਪਹਿਲਾਂ ਵੀ ਬੱਸ ਸਟੈਂਡ ਦੀ ਆਪਾਂ ਬਹੁਤ ਸਾਰੇ ਵੀਡੀਓ ਕਰ ਚੁੱਕੇ ਹਾਂ, ਪਰ ਹੁਣ ਵੀ ਬੱਸ ਸਟੈਂਡ ਦਾ ਜ਼ਿਕਰ ਲਗਾਤਾਰ ਹੋ ਰਿਹਾ, ਤਾਂ ਅੱਗੇ ਲੋਕਾਂ ਦਾ ਕੀ ਆ ਉਹ ਵੀ ਆਪਾਂ ਜਾਣਦੇ ਹਾਂ। ਤਾਂ ਕਾਫ਼ੀ ਇਹਨਾਂ ਗੱਲ ਕੀਤੀ ਆ ਵੈਸੇ, ਤਾਂ ਇੱਧਰ ਕੁਝ ਮਾਤਾਵਾਂ ਭੈਣਾਂ ਬੀਬੀਆਂ ਖੜ੍ਹੀਆਂ, ਆਪਾਂ ਇਹਨਾਂ ਗੱਲਬਾਤ ਕਰਨਾ। ਹਾਂਜੀ ਮਾਤਾ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਲੋਕਲ ਨਕੋਦਰ ਤੋਂ ਹੋਈ? ਨਹੀਂ ਨਹੀਂ, ਅਸੀਂ ਮਲਸੀਆਂ, ਸਾਡਾ ਪਿੰਡ ਮਲਸੀਆਂ, ਜਾਣੀ ਕਿ ਏਰੀਏ ਤੋਂ ਉਹੀ ਪੈਂਦਾ। ਇਸ ਵਾਰ ਵੋਟਾਂ ਆ ਗਈਆਂ ਜੀ, ਕੀ ਲੱਗਦਾ ਕੌਣ ਜਿੱਤੂਗਾ ਜੀ? ਪਤਾ ਮਹਾਰਾਜ ਜੀ ਜਾਣਦਾ, ਪੁੱਤ ਸਾਹਿਬ ਤੁਹਾਨੂੰ ਨਹੀਂ ਪਤਾ। ਲਓ ਇੱਧਰ ਖੜੇ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਈ, ਸੁਣਾਓ ਠੀਕ ਠਾਕ? ਠੀਕ ਠਾਕ ਜੀ, ਵਧੀਆ। ਸਰ ਦੇਖੋ ਵੋਟਾਂ ਆ ਗਈਆਂ ਵਾ, ਹਾਂਜੀ, ਕੈਂਡੀਡੇਟ 5 ਆ ਪੂਰੇ ਆਪਣੇ ਹਲਕਾ ਸ਼ਾਹਕੋਟ 'ਚ, ਜੇ ਗੱਲ ਕਰੀ ਤਾਂ ਇੱਧਰ ਵੀ, ਕੀ ਲੱਗਦਾ ਸਰ ਕੌਣ ਜਿੱਤੂਗਾ ਜੀ? ਮਹਾਰਾਜ ਜੀ ਦੇਖੋ, ਅਸੀਂ ਤਾਂ ਕਮਾ ਕੇ ਰੋਟੀ ਖਾਣੀ ਆ, ਸਾਡੇ ਕਿਹੜਾ ਉਮੀਦਵਾਰ ਅੱਗੇ ਜਾ ਰਿਹਾ ਕੋਈ ਆੜੀਆ? ਉਮੀਦਵਾਰ ਤਾਂ ਸਾਡੇ ਵਾਸਤੇ ਸਾਰੇ ਇੱਕੋ ਜਿਹਾ ਹੀ, ਸਾਰੇ ਬਰਾਬਰ, ਸਾਰੇ ਬਰਾਬਰ ਹੀ ਆ। ਇਹ ਬਾਈ ਜੀ ਅੱਕ ਗਿਆ ਕਹਿੰਦੇ ਸਾਰੇ ਸਾਡੇ ਲਈ ਇੱਕੋ ਜਿਹੇ ਹੀ ਹੈ, ਅਤੇ ਇਹ ਬਾਈ ਜੀ ਅੱਕ ਗਿਆ ਕਹਿੰਦੇ ਸਾਡੇ ਲਈ ਸਾਰੇ ਇੱਕੋ ਜਿਹੇ ਆ, ਪਰ ਲੱਖ ਲੱਖ ਪ੍ਰਤੀਕਰਮ ਵੱਖ ਵੱਖ ਲੋਕ ਸੋਚਦੇ ਜ਼ਰੂਰ ਆ, ਅਲੱਗ ਅਲੱਗ ਲੋਕ ਸੋਚਦੇ ਆ, ਅਲੱਗ ਅਲੱਗ ਲੋਕਾਂ ਦੀ ਸੋਚਣ ਸ਼ਕਤੀ ਹੈ, ਕੀ ਲੋਕ ਆਮ ਕਹਿੰਦੇ ਆ, ਆਮ ਵੋਟਰਾਂ ਦਾ ਕੀ ਕਹਿਣਾ, ਤਾਂ ਉਹ ਆਪਾਂ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਅੰਮ੍ਰਿਤਪਾਲ ਖਾਲਸਾ ਦਾ ਨਕੋਦਰ ਵਿੱਚ ਤੀਜੀ ਵਾਰ ਜ਼ਿਕਰ ਹੋ ਗਿਆ, ਪਹਿਲਾਂ ਹੋਰ ਮੁੰਡੇ ਵੀ ਮਿਲੇ ਸੀਗੇ। ਮੈਂ ਸਾਡੇ ਉਧਰ ਇਲਾਕੇ 'ਚ ਜ਼ਿਆਦਾ ਅੰਮ੍ਰਿਤਪਾਲ ਦਾ ਰੁਝਾਨ, ਕੁਲਬੀਰ ਜੀਰਾ ਵੀ ਅੱਗੇ ਚੱਲ ਰਹੇ ਉਧਰ। ਹਾਂਜੀ ਹਾਂਜੀ, ਕੁਲਬੀਰ ਜੀਰਾ ਦੇ ਕਾਫੀ ਮੀਟਿੰਗਾਂ ਹੋ ਰਹੀਆਂ, ਉਹਨਾਂ ਦਾ ਵੀ ਰੁਝਾਨ ਕਾਫੀ ਹੈ। ਅੰਮ੍ਰਿਤਪਾਲ ਖਾਲਸਾ ਦੀ ਸਥਿਤੀ ਕੀ ਹੈ? ਹਾਂਜੀ ਅੰਮ੍ਰਿਤਪਾਲ ਦੇ ਜ਼ਿਆਦਾਤਰ ਪਿੰਡਾਂ ਦੀ ਸਥਿਤੀ ਤੇ ਅੰਮ੍ਰਿਤਪਾਲ ਖਾਲਸਾ ਦੇ ਨਾਲ ਹੀ ਹੈ। ਲੱਗਦਾ ਚਾਂਸ ਜਿੱਤਣ ਦੇ ਹੈਗੇ? ਮੈਨੂੰ ਲੱਗਦਾ ਵਾ ਵੀ ਕਿਨਾਂ ਦੇ ਮੁਕਾਬਲਾ ਫਸਮਾ ਹੋਊਗਾ। ਮੁਕਾਬਲਾ ਫਸਮਾ ਹੋਊਗਾ। ਹਾਂ ਹਾਂਜੀ, ਤੁਸੀਂ ਕਿੱਥੋਂ ਆਏ ਜੀ? ਇਹ ਜਲੰਧਰ ਤੋਂ ਜੀ। ਜਲੰਧਰ ਤੋਂ ਕੀ ਲੱਗਦਾ ਜਲੰਧਰ ਤੋਂ ਕੌਣ ਜਿੱਤੂਗਾ ਜੀ? ਜਲੰਧਰ ਦੇਖੋ ਜੀ, ਆਮ ਪਾਰਟੀ ਜਿੱਤ ਸਕਦੇ ਜੀ, ਆਮ ਆਦਮੀ ਜਿੱਤ ਸਕਦੇ ਲੋ ਜੀ, ਆਮ ਆਦਮੀ। ਹਾਂਜੀ ਵੀਰ ਜੀ, ਕੀ ਲੱਗਦਾ ਕੌਣ ਜਿੱਤੂਗਾ ਜੀ? ਮੈਂ ਕਾਂਗਰਸ ਕਹਿੰਦਾ, ਕਾਂਗਰਸ ਚਰਨਜੀਤ ਚੰਨੀ ਚੰਨੀ ਜਿੱਤੂਗਾ। ਅਲੱਗ ਅਲੱਗ ਪ੍ਰਤੀਕਰਮ ਮਿਲ ਰਹੇ ਸਾਰੇ, ਤਾਂ ਇੱਧਰ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਮੈਨੂੰ ਬੋਲਣਾ, ਕੋਈ ਗੱਲ ਨਹੀਂ, ਕੋਈ ਬੁਲਾ ਲੈਣਾ ਯਾਰ। ਨਹੀਂ ਥੈਂਕ ਯੂ ਭਾਈ, ਕੋਈ ਗੱਲ। ਹਾਂਜੀ, ਮੈਂ ਸਾਰੇ ਨਗਰ ਵਾਸੀਆਂ ਨੂੰ ਕਹਿੰਦਾ ਵੀ ਚੰਨੀ ਨੂੰ ਵੋਟ ਪਾਉਂਗੇ, ਕਾਂਗਰਸ ਆਊਗੀ, ਕੁਛ ਬਣ ਜੂਗਾ। ਇਹਨਾਂ ਨੇ ਕੁਛ ਨਹੀਂ ਕੀਤਾ, ਨਾ ਉੱਟੂ ਜਾ ਦੇ ਨਸ਼ੇ ਆਉਂਦੇ ਆ ਇੱਥੇ। ਦੇਖੋ ਜੀ, ਉਹ ਤਾਂ ਕਹਿੰਦੇ ਕਿ ਕਾਂਗਰਸ ਨੇ ਵੀ ਕੁਛ ਨਹੀਂ ਕੀਤਾ, ਕਹਿੰਦੇ ਚੰਨੀ ਨੇ ਵੀ ਕੁਛ ਨਹੀਂ ਕੀਤਾ, ਤੁਸੀਂ ਕਿਹਨੂੰ ਕੀਤਾ? ਕੀਤਾ ਬਹੁਤ ਕੁਛ ਕੀਤਾ, ਸਾਡਾ ਬਿੱਲ ਮਾਫ਼ ਕਰਾਇਆ, ਕਈ ਕੁਛ ਕੀਤਾ। ਆਮ ਆਦਮੀ ਪਾਰਟੀ ਕਹਿੰਦੇ ਬਿੱਲ ਅਸੀਂ ਮਾਫ਼ ਕਰਾਇਆ, ਕੁਛ ਨਹੀਂ ਕੀਤਾ ਇਹਨਾਂ ਨੇ। ਕਾਂਗਰਸ ਹੋਣੀ ਚਾਹੀਦੀ ਆ ਜੀ, ਕਾਂਗਰਸ ਹੋਣੀ ਚਾਹੀਦੀ ਆ। ਤਾਂ ਲਗਾਤਾਰ ਕਵਰੇਜ ਆ ਰਹੀ ਆ। ਹਾਂਜੀ ਬਾਈ, ਜਲੰਧਰ ਤੋਂ ਕੀ ਲੱਗਦਾ ਕਿਹੜੀ ਪਾਰਟੀ ਅੱਗੇ ਚੱਲ ਰਹੀ, ਕੌਣ ਜਿੱਤ ਸਕਦਾ? ਪਾਰਟੀ ਭਾਜੀ ਹੁਣ ਕੀ ਦੱਸੀਏ, ਕੀ ਲੱਗਦਾ? ਕਾਂਗਰਸ ਜਿੱਤ ਸਕਦੀ ਹੈ, ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿੱਤ ਸਕਦਾ, ਬੀਜੇਪੀ ਅੱਗੇ ਜਾ ਸਕਦੀ ਹੈ? ਇਹਨਾਂ ਜਾਂ ਜਾਂ ਤਾਂ ਬੀਜੇਪੀ ਆ ਜਾਂ ਕਾਂਗਰਸ ਆ, ਦੋਨੋਂ ਚੱਕ ਤੁਹਾਡੇ ਹਿਸਾਬ ਨਾਲ ਅੱਗੇ ਚੱਲ ਰਹੀ ਹੈ? ਲਓ ਜੀ, ਦੋ ਪਾਰਟੀਆਂ ਕਹਿੰਦੇ ਦੋਨੋਂ ਚੱਕ ਅੱਗੇ ਜਾ ਸਕਦੀ। ਹਾਂਜੀ ਭਾਜੀ, ਕੀ ਤੁਸੀਂ ਕੀ ਕੀ ਲੱਗਦਾ? ਕਾਂਗਰਸ ਕਾਂਗਰਸ ਪਾਰਟੀ ਅੱਗੇ ਜਾ ਸਕਦੀ? ਹਾਂਜੀ ਅੱਗੇ ਜਾ। ਚਰਨਜੀਤ ਚੰਨੀ? ਹਾਂਜੀ। ਤਾਂ ਲਗਾਤਾਰ ਆਪਣੀ ਕਵਰੇਜ ਆ ਰਹੀ ਹੈ, ਆਮ ਲੋਕ ਆਮ ਵੋਟਰਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਜੀ।
ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕੰਮ ਨੂੰ ਦੱਸ ਸਕੀਏ ਤਾਂ ਇਹਦੇ ਲਈ ਅਸੀਂ ਮਾਫ਼ੀ ਚਾਹੁੰਦੇ ਹਾਂ। ਕੋਈ ਗੱਲ ਨਹੀਂ। ਅਤੇ ਦੇਖੋ ਜੀ, ਜਲੰਧਰ ਦੇ ਵਿੱਚ ਕੀ ਆਪਣਾ ਕਿਹੜਾ ਕੈਂਡੀਡੇਟ ਲੱਗਦਾ ਕਿ ਅੱਗੇ ਜਾ ਰਿਹਾ ਇਸ ਟਾਈਮ? ਸਾਨੂੰ ਕੋਈ ਪਤਾ ਨਹੀਂ ਲੱਗਦਾ। ਫਿਰ ਵੀ ਐੜੀਏ ਵੋਟ ਪਾਪਾ ਪਾਉਣੀਏ, ਕਿਹੜਾ ਕੀ ਲੱਗਦਾ ਕੀ ਹੈ, ਕੀ ਮਹਿਸੂਸ ਹੋ ਰਿਹਾ ਵਾ? ਦੇਖੋ ਚਰਨਜੀਤ ਚੰਨੀ ਹੈ, ਭਾਰਤੀ ਜਨਤਾ ਪਾਰਟੀ ਹੋ ਗਈ, 5 ਉਮੀਦਵਾਰ ਹੈ, ਕੀ ਲੱਗਦਾ ਕਿਹੜਾ ਅੱਗੇ ਜਾਊਗਾ? ਕੰਮ ਕਿਹਨਾਂ ਨੇ ਕੀਤੇ? ਇਹ ਕੋਈ ਪਤਾ ਨਹੀਂ, ਅਜੇ ਕੋਈ ਪਤਾ ਨਹੀਂ। ਕੋਈ ਪਤਾ ਤਾਂ ਆ ਜਾਓ ਬਾਈ ਜੀ, ਇੱਕ ਮਿੰਟ ਲਈ ਕਿਹਦਾ ਚੱਲ ਕੋਸ਼ਿਸ਼ ਹੈ ਕਿਹੜਾ ਕੈਂਡੀਡੇਟ ਉਮੀਦਵਾਰ ਅੱਗੇ ਜਾ ਰਿਹਾ, ਤਾਂ ਆਪਾਂ ਖਾਸ ਕਰਕੇ ਦੁਕਾਨਦਾਰਾਂ ਨਾਲ ਵੀ ਗੱਲਬਾਤ ਕੀਤੀ ਹੈ। ਬੱਸ ਸਟੈਂਡ ਤੋਂ ਆਪਾਂ ਸ਼ੁਰੂ ਕਰ ਲਿਆ ਸੀ, ਤਾਂ ਇੱਧਰ ਕਾਫੀ ਜ਼ਿਆਦਾ ਇੱਕ ਮਸ਼ਹੂਰ ਕੱਪੜੇ ਦੀ ਦੁਕਾਨ ਹੈ, ਇੱਧਰ ਭਾਈ ਸਾਹਿਬ ਬੈਠੇ। ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਜੀ, ਠੀਕ ਠਾਕ ਹੋ ਜੀ? ਠੀਕ ਹੈ ਭਾਅ ਜੀ। ਕੀ ਵੋਟਾਂ ਦਾ ਕਿੱਦਾਂ ਚੱਲ ਰਿਹਾ ਜੀ, ਕੀ ਲੱਗਦਾ ਕਿਹੜਾ ਕੈਂਡੀਡੇਟ ਅੱਗੇ ਜਾ ਰਿਹਾ, ਲੱਗਦਾ ਕੋਈ ਕਿਹੜਾ ਜਿੱਤੂਗਾ ਜੀ? ਅਜੇ ਕੋਈ ਪਤਾ ਨਹੀਂ, ਸਭ ਮਿਕਸ ਹੀ ਕੰਮ ਚੱਲ ਰਿਹਾ ਇਹਦਾ। ਲੱਗਦਾ ਕਿਹੜੀ ਪਾਰਟੀ ਨੇ ਕੰਮ ਕੀਤੇ ਆ, ਜੇ ਹੁਣ ਮੌਜੂਦਾ ਸਰਕਾਰ ਲਾ ਲਈਏ, ਜਾਂ ਉਦੋਂ ਸਾਬਕਾ ਲਾ ਲਈਏ, ਜਾਂ ਉਦੋਂ ਪਹਿਲਾਂ ਲਾ ਲਈਏ, ਕਿ ਕੋਈ ਨਵੀਂ ਧਿਰ ਆਊਗੀ ਇਸ ਟਾਈਮ? ਦੇਖੋ ਜੀ, ਜਿਹੜੇ ਸੈਂਟਰ 'ਚ ਸਰਕਾਰ ਆ, ਮੋਦੀ ਸਰਕਾਰ, ਉਹਨੇ ਬਹੁਤ ਕੰਮ ਕੀਤੇ ਆ, ਇਹ 'ਚ ਕੋਈ ਦੋ ਰਾਏ ਨਹੀਂ ਹੈਗੀ। ਚਾਹੀਦੀ ਤਾਂ ਵੈਸੇ ਮੋਦੀ ਸਰਕਾਰ ਹੀ ਆ। ਕਿ ਜਲੰਧਰੋਂ ਰਿੰਕੂ ਸੁਸ਼ੀਲ ਰਿੰਕੂ ਅੱਗੇ ਜਾ ਰਿਹਾ, ਜਿੱਤੂਗਾ? ਹਾਂਜੀ, ਰਿੰਕੂ ਭਾਈ ਚਾਹੀਦੇ ਜਿੱਤਣੇ ਜੀ। ਰਿੰਕੂ ਅੱਗੇ ਜਾ ਰਿਹਾ? ਹਾਂਜੀ, ਬੀਜੇਪੀ ਚਾਹੀਦੀ ਜਿੱਤਣੀ ਜੀ। ਬੀਜੇਪੀ ਜਿੱਤਣੀ ਚਾਹੀਦੀ ਹੈ, ਔਰ ਲੱਗਦਾ ਕਿ ਰਿੰਕੂ ਇਸ ਟਾਈਮ ਅੱਗੇ ਜਾ ਰਿਹਾ? ਹਾਂਜੀ ਹਾਂਜੀ, ਸਾਰੇ ਪਾਸੇ ਜਾਣਗੇ ਜੀ, ਰਿੰਕੂ ਭਾਈ ਜਿੱਤਣਗੇ। ਤਾਂ ਇੱਧਰੋਂ ਵੀ ਇੱਕ ਮਸ਼ਹੂਰ ਕੱਪੜੇ ਦੀ ਦੁਕਾਨ 'ਤੇ ਖੜ੍ਹੇ ਸੀ, ਇੱਧਰੋਂ ਅੱਗੇ ਕਹਿ ਸਕਦੇ ਹਾਂ ਕਿ ਕਹਿੰਦੇ ਸੁਸ਼ੀਲ ਰਿੰਕੂ ਅੱਗੇ ਜਾ ਰਿਹਾ, ਪਰ ਆਪਣੀ ਲਗਾਤਾਰ ਕੋਸ਼ਿਸ਼, ਆਪਾਂ ਲਗਾਤਾਰ ਗੱਲਬਾਤ ਕਰ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਤਾਂ ਪੈਣਗੇ ਜ਼ਿਆਦਾ, ਤਾਂ ਉਸ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ। ਤਾਂ ਬਹੁਤ ਸਾਰੇ ਲੋਕ ਨੇ ਜੋ ਕੈਮਰੇ ਦੇ ਅੱਗੇ ਆਉਣਾ ਨਹੀਂ ਵੀ ਚਾਹੁੰਦੇ, ਅਤੇ ਕੁਛ ਆਉਣਾ ਚਾਹੁੰਦੇ ਵੀ ਹੈ, ਜੋ ਆਉਣਾ ਚਾਹੁੰਦੇ ਆ ਉਹਦੇ ਨਾਲ ਆਪਾਂ ਗੱਲਬਾਤ ਕਰ ਲੈਂਦੇ ਹਾਂ, ਅਤੇ ਜੋ ਨਹੀਂ ਆਉਣਾ ਚਾਹੁੰਦੇ ਉਹਨਾਂ ਦੀ ਮਰਜ਼ੀ ਹੈ, ਕੋਈ ਗੱਲ ਨਹੀਂ। ਤਾਂ ਇੱਧਰ ਇੱਕ ਕੱਪੜੇ ਦੀ ਮਸ਼ਹੂਰ ਦੁਕਾਨ ਹੈ, ਆਪਾਂ ਉਹਦੇ ਕੋਲ ਆਇਆ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਕੋਈ ਨਹੀਂ, ਹੋਰ ਸੁਣਾਓ ਜੀ, ਠੀਕ ਠਾਕ ਹੋ ਜੀ? ਕੋਈ ਗੱਲ ਨਹੀਂ, ਆਪਾਂ ਇੱਥੇ ਬਹਿ ਜਾਣਾ, ਕੋਈ ਨਹੀਂ, ਉਹ ਜ਼ਰੂਰੀ ਹੈ, ਕੋਈ ਗੱਲ ਨਹੀਂ। ਅਤੇ ਸਰ, ਕੀ ਲੱਗਦਾ ਵੋਟਾਂ ਦੇ ਕੀ ਚੱਲ ਰਹੇ? ਮਾੜਾ ਮੋਟਾ ਦੱਸ। ਕੁਛ ਨਹੀਂ ਹੈਗਾ, ਪਤਾ ਤੁਹਾਨੂੰ ਸਾਰਾ ਹੀ, ਮਾੜਾ ਮੋਟਾ ਦੱਸ। ਨਹੀਂ, ਚਲੋ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਪਰ ਆਪਾਂ ਇਹਨਾਂ ਦੀ ਦੁਕਾਨ ਜ਼ਰੂਰ ਦਿਖਾ ਦਿੰਦੇ, ਇਹਨਾਂ ਨੇ ਵਧੀਆ ਆਪਣੇ ਨਾਲ, ਦੇਖੋ ਕਿੰਨੀ ਇੱਜ਼ਤ ਮਾਨ ਨਾਲ ਬੁਲਾਇਆ, ਇੰਨੀ ਬੜਾ ਹੁੰਦਾ। ਚਲ ਵੋਟਾਂ ਦੇ ਤਾਂ ਸਾਰਿਆਂ ਨੇ ਵੋਟਾਂ ਪਾਉਣੀਆਂ ਹੀ ਆ, ਇਹ ਮਸ਼ਹੂਰ ਹੈ ਕੱਪੜੇ ਦੀ ਦੁਕਾਨ ਹੈ। ਬਾਈ ਜੀ, ਆਪਣੀ ਕੀ ਸ਼ੋਪ ਦਾ ਕੀ ਨਾਮ ਹੈ ਜੀ? ਠੀਕ ਆ ਜੀ, ਇਹਨਾਂ ਨੇ ਜੋ ਨਾਮ ਬੋਲਿਆ ਵਾ, ਕੱਪੜੇ ਲੈਣ ਜ਼ਰੂਰ, ਇਹਨਾਂ ਨੂੰ ਅਗਰ ਮੌਕਾ ਜ਼ਰੂਰ ਦਿਓ, ਵਧੀਆ ਇਨਸਾਨ ਹੈ। ਤਾਂ ਇੱਧਰ ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਹੋਰ ਵੀਰ ਜੀ, ਠੀਕ ਠਾਕ ਹੋ ਜੀ? ਬਸ ਵਧੀਆ ਜੀ। ਕੀ ਲੱਗਦਾ ਕਿ ਜਲੰਧਰ ਇਲੈਕਸ਼ਨ ਦੇ ਵਿੱਚ ਕਿਹੜਾ ਬੰਦਾ ਅੱਗੇ ਜਾ ਰਿਹਾ ਜੀ? ਨਹੀਂ, ਆਪਾਂ ਨੂੰ ਕੋਈ ਜ਼ਿਆਦਾ ਕਲੂ, ਮਾੜਾ ਮੋਟਾ ਆੜਿਆ ਜੀ, ਦੋਨੇ ਬਰਾਬਰ ਤੇ ਵੈਸੇ। ਕਿਹੜੇ ਕਿਹੜੇ ਜੀ? ਬੀਜੇਪੀ ਅਤੇ ਆਮ ਆਦਮੀ ਪਾਰਟੀ। ਆਮ ਆਦਮੀ ਔਰ ਬੀਜੇਪੀ, ਮੌਜੂਦ ਸਰ, ਮੌਜੂਦਾ ਜੋ ਸਰਕਾਰ ਹੈ ਆਮ ਆਦਮੀ ਪਾਰਟੀ, ਕੀ ਲੱਗਦਾ ਇਹਨਾਂ ਨੇ ਕੋਈ ਕੰਮ ਕੀਤੇ ਹੈ ਜੀ? ਨਹੀਂ, ਕੰਮ ਤਾਂ ਕੀਤੇ ਹੈ, ਕੋਈ ਸ਼ੱਕ ਨਹੀਂ ਕੰਮ ਕੀਤੇ। ਫਿਰ ਜੇ ਕੰਮ ਕੀਤੇ ਹੈ ਤਾਂ ਫਿਰ ਇਹਨਾਂ ਦਾ ਕੈਂਡੀਡੇਟ ਵੀ ਅੱਗੇ ਹੋਊਗਾ? ਹੁਣ ਦੱਸਾਂ ਕੀ ਆ, ਹਰ ਵਾਰੀ ਕੀ ਹੁੰਦਾ, ਹਰ ਬੰਦਾ ਚਾਹੁੰਦਾ ਥੋੜ੍ਹਾ ਜਿਹਾ ਚੇਂਜ ਹੋਵੇ, ਨੋ ਕਮੈਂਟ ਪਲੀਜ਼। ਕੋਈ ਗੱਲ ਨਹੀਂ, ਪਰ ਤੁਸੀਂ ਇਸ਼ਾਰਾ ਇਹਨਾਂ ਦਾ ਸਮਝ ਕੇ ਆਉਂਗੇ, ਉਹਨਾਂ ਨੇ ਕਿੱਦਾਂ ਦੀ ਗੱਲਬਾਤ ਕੀਤੀ, ਕਿ ਇਸ਼ਾਰਿਆਂ ਦੇ ਵਿੱਚ ਬਹੁਤ ਕੁਛ ਕਹਿ ਗਿਆ ਉਹ। ਤਾਂ ਇਹ ਜਲੰਧਰ ਦੀ ਜੋ ਵੋਟਰ ਨੇ, ਖਾਸ ਕਰਕੇ ਨਕੋਦਰ ਦੀ, ਉਹਨਾਂ ਨਾਲ ਆਪਾਂ ਗੱਲਬਾਤ ਕਰ ਰਹੇ, ਇੱਧਰ ਇੱਕ ਨੌਜਵਾਨ ਹੈ, ਪਰ ਇਹ ਗੱਲ ਕਰਨੀ। ਚਲ ਕੋਈ ਗੱਲ ਨਹੀਂ, ਹੋਰ ਸੁਣਾਓ, ਠੀਕ ਠਾਕ ਹੋ? ਕਿਹੜਾ ਰੇ ਵੀਰੇ ਆਪਣਾ? ਚਲ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਜੈਫੀ ਪਾ ਕੇ ਪਿਆਰ ਆਪਣਾ ਭਰਾ ਵਾ, ਕੋਈ ਗੱਲ ਨਹੀਂ। ਅਤੇ ਕੋਈ ਗੱਲ ਨਹੀਂ, ਆਪਾਂ ਅੱਗੇ ਚੱਲਦੇ ਹਾਂ। ਦੇਖ, ਇਹ ਨਕੋਦਰ ਸ਼ਹਿਰ ਹੈ, ਜੋ ਨਕੋਦਰ ਦੇ ਜੋ ਵੋਟਰ ਨੇ ਉਹਨਾਂ ਦਾ ਕੀ ਕਹਿਣਾ ਹੈ? ਤਾਂ ਇੱਕ ਮੈਂ ਬੈਕ ਸੈਟ ਕਰ ਦੇਵਾਂ, ਪੰਡਰ ਬਹੁਤ ਸਾਰੇ ਬਾਈ ਜੀ ਕਈ ਦੁਕਾਨਾਂ ਤੋਂ ਬਾਹਰ ਵੀ ਖੜ੍ਹੇ ਆ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸ਼ੁਰੂਆਤ ਮੇਰਾ ਖਿਆਲ ਕਿ ਇੱਥੇ ਆਪਾਂ ਕਰ ਲੈਂਦੇ ਹਾਂ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ, ਕਰੋ ਗੱਲ। ਹਾਂਜੀ ਸਰ, ਕੋਈ ਗੱਲ ਨਹੀਂ ਸਰ, ਗੱਲ ਕਰੋ। ਹਾਂਜੀ ਸਰ, ਕੀ ਲੱਗਦਾ ਇਲੈਕਸ਼ਨ ਕਿੱਦਾਂ ਦਾ ਕੀ ਚੱਲ ਰਿਹਾ, ਕੋਈ ਲੱਗਦਾ ਕਿ ਕਿਹੜਾ ਉਮੀਦਵਾਰ ਅੱਗੇ ਜਾਊਗਾ ਜੀ?
ਸਾਨੂੰ ਤਾਂ ਬੀਜੇਪੀ ਲੱਗਦੀ, ਬੀਜੇਪੀ ਅੱਗੇ, ਬੀਜੇਪੀ ਲੱਗਦਾ ਅੱਗੇ ਜਾਊਗੀ। ਹਾਂਜੀ ਠੀਕ ਹੈ। ਬੀਜੇਪੀ ਦੇ ਲੋਕ ਤੁਸੀਂ ਸਿੱਧਾ ਕਿ ਉਹ ਬੀਜੇਪੀ ਦੇ ਜੋ ਕੈਂਡੀਡੇਟ ਹੈ ਉਹ ਅੱਗੇ ਜਾਊਗਾ। ਹਾਂਜੀ, ਜੋ ਮੌਜੂਦਾ ਸਥਿਤੀ ਹੈ। ਹਾਂਜੀ ਹਾਂਜੀ। ਅਤੇ ਇੱਥੋਂ ਬੀਜੇਪੀ ਨੂੰ ਥੋੜ੍ਹਾ ਸਮਰਥਨ ਮਿਲਿਆ, ਪਿੱਛੇ ਵੀ ਮਿਲਿਆ ਸੀਗਾ, ਕਹਿੰਦੇ ਕਿ ਬੀਜੇਪੀ ਅੱਗੇ ਜਾਊਗੀ। ਤਾਂ ਅੱਗੇ ਆਪਾਂ ਹੋਰ ਗੱਲਬਾਤ ਕਰਦੇ ਹਾਂ ਸੁਸ਼ੀਲ ਕੁਮਾਰੀ ਕੋ ਬੀਜੇਪੀ ਦੇ ਹੈ। ਹਾਂਜੀ ਭਾਅ ਜੀ, ਕਿਸੋਂ ਕੀ ਹਾਲ ਚਾਲ ਹੈ? ਬਹੁਤ ਵਧੀਆ ਭਾਅ ਜੀ। ਕੀ ਲੱਗਦਾ ਜਲੰਧਰ ਦਾ ਇਲੈਕਸ਼ਨ ਦਾ ਕੀ ਚੱਲ ਰਿਹਾ, ਕੀ ਲੱਗਦਾ ਭਾਅ ਜੀ? ਕਹਿ ਨਹੀਂ ਸਕਦੇ ਆਪਾਂ, ਮਾੜਾ ਮੋਟਾ ਆਈਡੀਆ ਦੇ ਦਿਓ। ਨਹੀਂ ਭਾਅ ਜੀ, ਆਈਡੀਆ ਵੀ ਦੇ ਸਕਦੇ ਆਪਾਂ, ਸਿੱਧਾ ਦੇ ਦਿਓ ਕੋਈ ਗੱਲ ਨਹੀਂ। ਪੁੱਠਾ ਸਿੱਧਾ ਕੀ ਆਈਡੀਆ ਦਈਏ ਭਾਅ ਜੀ? ਕੋਈ ਵੀ ਦੱਸ ਦਿਓ ਮਾੜਾ ਜਿਹਾ, ਲੋਕ ਸਮਝ ਜਾਣਗੇ। ਨਹੀਂ ਜ਼ੋਰ ਤਾਂ ਤੁਹਾਨੂੰ ਪਤਾ ਫੁੱਲ ਵਾਲੇ ਦਾ ਜ਼ਿਆਦਾ ਜ਼ੋਰ ਆ। ਠੀਕ ਆ ਜੀ, ਬੀਜੇਪੀ ਦਾ ਜ਼ਿਆਦਾ। ਹਾਂਜੀ ਹਾਂਜੀ ਹਾਂਜੀ। ਠੀਕ ਆ, ਤਾਂ ਇੱਥੋਂ ਵੀ ਬੀਜੇਪੀ ਨੂੰ ਸਮਰਥਨ ਮਿਲਿਆ, ਕਹਿੰਦੇ ਕਿ ਸੁਸ਼ੀਲ ਕੁਮਾਰ ਰਿੰਕੂ ਦਾ ਜੋ ਨਾਮ ਲਿਆ, ਕਹਿੰਦੇ ਕਿ ਅੱਗੇ ਜਾਣਗੇ। ਤਾਂ ਅੱਗੇ ਹੋਰ ਵੀ ਆਪਾਂ ਗੱਲਬਾਤ ਕਰਦੇ ਹਾਂ। ਇੱਧਰ ਅੰਕਲ ਜੀ ਬੈਠੇ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਲੱਗਦਾ ਕਿ ਜਲੰਧਰ ਦੇ ਵੋਟਰ ਇਸ ਵਾਰ ਕਿਸ ਆਧਾਰ 'ਤੇ ਵੋਟ ਕਰਨਗੇ? ਵੋਟਰ ਕਰਨਗੇ ਆਧਾਰ 'ਤੇ ਜੀ, ਜਿਹੜਾ ਬੰਦਾ ਸਹੀ ਤਰੀਕੇ ਪਾਰਟੀ ਨਾ ਬਦਲੀ ਹੋਵੇ, ਜਾਂ ਇੱਕ ਧੜੇ ਦਾ ਬੰਦਾ ਰਿਹਾ ਹੋਵੇ। ਉਹ ਕਿਹੜਾ ਬੰਦਾ ਜੀ? ਹੈਂ, ਕਿਹੜਾ ਬੰਦਾ ਜੀ? ਉਹ ਆਪ ਹੀ ਸੋਚਣਗੇ, ਦੇਖਣਗੇ ਲੋਕ ਮੋਬਾਈਲ 'ਤੇ। ਅੱਜ ਤੱਕ ਨਾ ਪਾਰਟੀ ਬਦਲੀ ਹੋਵੇ, ਜਿਹਨੇ ਅੱਜ ਤੱਕ ਪਾਰਟੀ ਨਾ ਬਦਲੀ ਹੋਵੇ। ਹਾਂਜੀ, ਮੈਂ ਫਿਰ ਲਿਸਟ ਕੱਢ ਲੈਣਾ ਜੀ। ਦੇਖੋ ਜੀ, ਆਹ ਬੰਦੇ ਪਾਇਆ ਜੀ, ਇਹਦੇ ਵਿੱਚ ਆਮ ਆਦਮੀ ਪਾਰਟੀ ਦਾ ਜੀ ਪਵਨ ਕੁਮਾਰ ਟੇਨੂ ਜੀ। ਹਾਂਜੀ, ਉਹ ਠੀਕ ਹੈ ਜੀ। ਅਕਾਲੀ ਦਲ ਦਾ ਜੀ ਮਹਿੰਦਰ ਸਿੰਘ ਕੇਪੀ ਜੀ। ਹਾਂ ਠੀਕ ਹੈ ਜੀ। ਬਹੁਜਨ ਸਮਾਜ ਪਾਰਟੀ ਦਾ ਬਲਵਿੰਦਰ ਕੁਮਾਰ ਜੀ। ਠੀਕ ਹੈ ਜੀ। ਬੀਜੇਪੀ ਦਾ ਸੁਸ਼ੀਲ ਕੁਮਾਰ ਰਿੰਕੂ ਜੀ। ਠੀਕ ਹੈ ਜੀ। ਕਾਂਗਰਸ ਦਾ ਚਰਨਜੀਤ ਚੰਨੀ ਜੀ। ਇਹ ਚੰਨੀ ਠੀਕ ਆ, ਚੰਨੀ ਠੀਕ ਆ ਜੀ। ਹਾਂਜੀ, ਇਹਦੇ ਪਾਰਟੀ ਨਹੀਂ ਭਾਅ ਜੀ, ਅੱਜ ਤੱਕ ਸਾਬਕਾ ਮੁੱਖ ਮੰਤਰੀ ਦਾ ਲਾਇਸੈਂਸ ਕੋਈ ਹੈਗਾ? ਗੋਲਬਾਣੀ ਮਿੱਠੀ ਆ, ਚੰਨੀ ਲੱਗਦਾ ਕੰਮ ਬਣੂਗਾ? ਹਾਂ ਬਣੂਗਾ ਜੀ, ਜ਼ਰੂਰ ਬਣੂਗਾ। ਚੰਨੀ ਦਾ ਕਹਿੰਦੇ ਕੰਮ ਬਣੂਗਾ, ਚੰਨੀ ਦਾ ਕਹਿੰਦੇ ਕੰਮ ਬਣੂਗਾ। ਲਿਸਟ ਮੇਰੇ ਕੋਲ ਨਾਂ ਲਿਖਿਆ ਹੋਇਆ, ਅਤੇ ਪਹਿਲਾਂ ਨੇ ਕਹਿ ਤਾ ਕਹਿੰਦੇ ਚੰਨੀ ਦਾ ਕੰਮ ਬਣੂਗਾ। ਹੁਣ ਅੱਗੇ ਤਾਂ ਹੁਣ ਵੋਟਰਾਂ ਦਾ ਫੈਸਲਾ, ਜਿਹਦੇ ਹੱਕਾਂ 'ਚ ਵੋਟਾਂ ਜ਼ਿਆਦਾ ਹੋਣਗੀਆਂ ਕੰਮ ਉਹਦਾ ਬਣ ਜੂਗਾ। ਤਾਂ ਅੱਗੇ ਤੱਕ ਗੱਲਬਾਤ ਆਪਾਂ ਕਰਾਂਗੇ ਲਗਾਤਾਰ, ਆਪਣੀ ਕੋਸ਼ਿਸ਼ ਹੈ ਇਸ ਗਲੀ ਦੇ ਵਿੱਚ। ਅਤੇ ਅੱਗੇ ਕੁਛ ਕਹਿ ਸਕਦੇ ਹਾਂ ਕਿ ਹੋਰ ਅੰਕਲ ਵੀ ਆਏ ਹੋਏ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਲੈਂਦੇ ਹਾਂ। ਤਾਂ ਇੱਧਰ ਤੁਸੀਂ ਦੇਖ ਸਕਦੇ ਹੋ ਬਾਪੂ ਜੀ ਨਾਲ। ਹਾਂਜੀ ਵੀਰ ਜੀ, ਕੀ ਹਾਲ ਆ? ਬਹੁਤ ਵਧੀਆ ਜੀ ਭਾਜੀ। ਕੀ ਲੱਗਦਾ ਇਲੈਕਸ਼ਨ 'ਚ ਕੀ ਚੱਲ ਰਿਹਾ ਜੀ? ਇਲੈਕਸ਼ਨਾਂ 'ਚ ਕੁਛ ਵੀ ਨਹੀਂ ਚੱਲ ਰਿਹਾ। ਕਿਹੜੀ ਪਾਰਟੀ ਅੱਗੇ ਜਾਊਗੀ? ਕੋਈ ਆਈਡੀਆ ਦੇ ਦਿਓ। ਆਈਡੀਆ ਜੀ ਦੇਖੋ ਜੀ, ਇਹ ਤਾਂ 4 ਤਰੀਕ ਨੂੰ ਪਤਾ ਲੱਗੂਗਾ ਤੁਹਾਡੇ ਮੁਤਾਬਕ। ਮਾੜਾ ਜਿਹਾ ਆਈਡੀਆ ਦੇ ਦਿਓ ਕੋਈ ਨਹੀਂ। ਆਪਣੇ ਮੁਤਾਬਕ ਤਾਂ ਹੁਣ ਦੇਖੋ ਜੀ, ਬੀਜੇਪੀ ਦੱਸ ਦਿਓ ਕਿੱਦਾਂ ਕਿਹਾ। ਹੁਣ ਪਤਾ ਕਿ 5 ਨੰਬਰ ਪੂਰਾ ਹੋਣੇ ਦੇ ਸਰ ਬੜੀ ਛੇਤੀ ਪਛਾਣ ਕਰ ਲੈਣੇ ਤੁਸੀਂ, ਤੁਹਾਨੂੰ ਪਰਖ ਜ਼ਿਆਦਾ ਹੁੰਦੀ ਆ, ਇਹਨਾਂ ਦੀ ਪਰਖ ਹੋਊਗੀ। ਇਹ ਮੇਰੇ ਹਿਸਾਬ ਨਾਲ ਬੀਜੇਪੀ ਜਾਊਗੀ ਅੱਗੇ, ਬੀਜੇਪੀ ਅੱਗੇ ਜਾਊਗੀ। ਹਾਂ ਲਓ ਜੀ, ਬੀਜੇਪੀ ਨੇ ਵੋਟ, ਕਹਿੰਦੇ ਕਿ ਬੀਜੇਪੀ ਅੱਗੇ ਜ਼ਰੂਰ ਜਾਊਗੀ। ਤਾਂ ਇੱਧਰ ਭਾਈ ਸਾਹਿਬ ਬੈਠੇ ਨੇ, ਠੀਕ ਹੈ ਸਰ। ਤਾਂ ਇੱਧਰ ਅੱਗੇ ਭਾਈ ਸਾਹਿਬ ਇੱਧਰ ਹੀ ਬੈਠੇ ਨੇ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਹੋਰ ਸੁਣਾਓ ਜੀ, ਸਿਹਤ ਠੀਕ ਹੈ? ਕੀ ਲੱਗਦਾ ਕਿ ਜਲੰਧਰ ਇਲੈਕਸ਼ਨ ਦਾ ਕੀ ਬਣੂਗਾ, ਕਿਹੜਾ ਕੈਂਡੀਡੇਟ ਵਧੀਆ ਔਰ ਕਿਹੜਾ ਅੱਗੇ ਜਾਊਗਾ? ਸਾਰੇ ਹੀ ਵਧੀਆ ਜੀ, ਸਾਰੇ ਮਾੜਾ ਮੋਟਾ ਆਈਡੀਆ ਜੀ, ਸਾਰਿਆਂ ਨੂੰ ਖੁਸ਼ ਕਰਨਾ। ਵੋਟ ਇੱਕ ਹੈ ਜੀ, ਸਾਰਿਆਂ ਨੂੰ ਪੈਣੀ ਨਹੀਂ? ਨਹੀਂ ਚਲੋ, ਜਿੱਦਾਂ ਵੀ ਹੈ, ਜਿਹੜਾ ਜਿਹਦੇ ਕਰਮਾਂ ਜਿਹਨੇ ਜਿੱਤਣਾ ਉਹਨੇ ਲਿਖਿਆ। ਫਿਰ ਵੀ ਜੇ ਆਪਾਂ ਨਕੋਦਰ ਦੀ ਗੱਲ ਕਰੀਏ ਜੀ, ਕੰਮ ਕੀ ਲੱਗਦਾ ਕਿ ਇੱਥੇ ਕਾਂਗਰਸ ਵੀ ਸਰਕਾਰ ਸਾਬਕਾ ਸੀ, ਉਦੋਂ ਅਕਾਲੀ ਦਲ ਵੀ ਸੀ, ਔਰ ਇੱਕ ਨਵੀਂ ਸਰਕਾਰ ਵੀ ਆਈ ਸੀ, ਹੁਣ ਇਸ ਤੋਂ ਬਾਅਦ ਅੱਗੇ ਕੁਛ ਬਦਲਾਵ ਹੋ ਸਕਦਾ ਕਿ ਇਹਨਾਂ ਦੇ ਵਿੱਚੋਂ ਕੋਈ ਹੋਜੂਗਾ? ਇਹਨਾਂ 'ਚੋਂ ਹੀ ਹੋਣਾ ਜੀ, ਇਹਨਾਂ ਦੇ ਵਿੱਚੋਂ ਜੀ। ਠੀਕ ਹੈ ਜੀ, ਤਾਂ ਸਿੱਧੇ ਨਾ ਸਿੱਧੇ ਕਿਤੇ ਇਸ਼ਾਰਾ ਜ਼ਰੂਰ ਹੈ, 3 ਉਮੀਦਵਾਰ ਹੈ, ਕਾਂਗਰਸ ਦਾ ਚਰਨਜੀਤ ਚੰਨੀ, ਬੀਜੇਪੀ ਅਤੇ ਜਾਂ ਫਿਰ ਅਕਾਲੀ ਦਲ, ਤਾਂ ਇਹਨਾਂ ਦੇ ਵਿੱਚੋਂ ਹੀ ਤਿੰਨੇ ਕਹਿੰਦੇ ਗੱਲ ਬਣੂਗੀ। ਤਾਂ ਇੱਧਰ ਵੀ ਗੱਲਬਾਤ ਆਪਾਂ ਸਾਰਿਆਂ ਨੇ ਕਰਨੀ ਆ। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਸਰ ਸੁਣਾਓ, ਠੀਕ ਠਾਕ ਹੋ ਜੀ? ਹਾਂ ਠੀਕ ਹੈ ਜੀ। ਸਰ, ਕੀ ਲੱਗਦਾ ਕੀ ਹੈ, ਸੁਰ ਜਲੰਧਰ ਇਲੈਕਸ਼ਨ ਦਾ ਕੀ ਬਣੂਗਾ, ਕਿਹੜਾ ਕੈਂਡੀਡੇਟ ਦੇ ਜਿੱਤ ਦਾ ਸਿਰ ਵੱਜੂਗਾ? ਐਕਚੁਅਲੀ ਹੁਣ ਜਿਹੜੀ ਚੱਲ ਰਿਹਾ ਨਾ ਜੀ, ਸਾਰੇ ਲੋਕ ਬਹੁਤ ਸਿਆਣੇ ਆ, ਕੋਈ ਵੀ ਆਪਣਾ ਭੇਦ ਦੇਣ ਨੂੰ ਤਿਆਰ ਨਹੀਂ।
ਉਹ ਕਹਿੰਦਾ ਜਿਸ ਤਰ੍ਹਾਂ ਦਾ ਮੌਕਾ ਦੇਖਾਂਗੇ, ਜਿਹਦਾ ਪਲੜਾ ਭਾਰਾ ਹੋਊਗਾ ਉਹਨੂੰ ਪਾ ਦੇਵਾਂਗੇ, ਬਸ ਇੱਥੇ ਖੜੀ। ਜਲੰਧਰ ਦਾ ਵਿਕਾਸ ਕੀ ਲੱਗਦਾ, ਕਿੰਨੇ 5 ਕੈਂਡੀਡੇਟ ਆ, ਇਹਨਾਂ ਦੇ ਵਿੱਚੋਂ ਕੋਈ ਵਿਕਾਸ ਕਰ ਸਕਦਾ ਜਾਂ ਫਿਰ ਨੋਟਾਂ ਦਾ ਬਟਨ ਜ਼ਿਆਦਾ ਦਬਾਇਆ ਜਾਊਗਾ? ਨੋਟਾਂ ਦਾ ਹੀ ਬਟਨ ਆ ਜੀ, ਕੋਈ ਲੈ ਲਓ ਜੋ ਮਰਜ਼ੀ ਕਰੀ ਚਲੋ ਜੀ, ਸਭ ਜਿੰਨਾ ਮਰਜ਼ੀ ਕਹੀ ਚਲੋ। ਦੇਖੋ ਤੁਹਾਡੀ ਉਮਰ ਦਾ ਤਜਰਬਾ ਕਾਫੀ ਜ਼ਿਆਦਾ ਅਤੇ ਕੀ ਤੁਸੀਂ ਲੰਬੇ ਟਾਈਮ ਤੋਂ ਇੱਥੇ ਦੁਕਾਨਦਾਰੀ ਕਰ ਰਹੇ ਹੋ, ਕੀ ਲੱਗਦਾ ਮਾੜਾ ਇਸ਼ਾਰਾ ਹੀ ਦੇ ਦਿਓ ਦਰਸ਼ਕਾਂ ਨੂੰ ਜੀ? ਅਸੀਂ ਇਸ਼ਾਰਾ ਛੱਡ ਗਏ, ਅਸੀਂ ਹਰ ਇੱਕ ਪਾਰਟੀ ਦੇ ਨਾਲ ਅਟੈਚਮੈਂਟ ਆ, ਤੁਹਾਡੇ ਕੋਲ ਕਾਹਦਾ ਲੁਕੋਆ ਕਿ ਪੰਜਾਬ ਆਪਣੇ ਕੇਸਰੀ ਵਾਲਿਆਂ ਨਾਲ ਵੀ ਆ, ਭਾਜਪਾ ਵਾਲਿਆਂ ਨਾਲ ਵੀ ਆ, ਅਕਾਲੀਆਂ ਨਾਲ ਵੀ ਮੇਰਾ ਬਹੁਤ ਪਿਆਰ ਆ, ਮੈਂ ਕਿਹਨੂੰ ਕਹਾਂ ਨਾ ਦੇਵਾਂ ਤਾਂ ਕਿਹਨੂੰ ਨਾਰਾਜ਼ ਕਿਸੇ ਨੂੰ ਕਰਨਾ, ਚੁੱਪ ਚਪੇ ਦੇ ਬਟਨ ਬਸ ਬਸ ਤੁਹਾਡੀ ਗੱਲ ਬਿਲਕੁਲ ਸਹੀ ਆ, ਕਹਿੰਦੇ ਚੁੱਪ ਚਪੇ ਦੇ ਬਟਨ ਦਬਾਉਣਾ, ਦੱਸਣਾ ਨਹੀਂ ਕਿਸੇ ਨੂੰ, ਤਾਂ ਹੁਣ ਦੇਖੋ ਇਹ ਸੋਚ ਸਾਰਾ ਨਹੀਂ ਆ, ਵਾਕਿਆ ਸਹੀ ਗੱਲ ਹੈ ਕਿ ਪਤਾ ਵੀ ਨਹੀਂ ਲੱਗੇ ਔਰ ਵੋਟ ਵੀ ਪੈ ਜੇ, ਇਹਨਾਂ ਦੀ ਗੱਲ ਵੀ ਸਹੀ ਹੈ, ਪਰ ਇੱਧਰ ਵੀ ਆਪਾਂ ਦੱਸ ਸਕਦੇ ਹਾਂ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ, ਹੋਰ ਸਰ ਸੁਣਾਓ ਠੀਕ ਠਾਕ ਭਾਈ? ਹਾਂ ਠੀਕ ਹੈ। ਕੀ ਲੱਗਦਾ ਜਲੰਧਰ ਦਾ ਇਲੈਕਸ਼ਨ ਕਿੱਧਰ ਨੂੰ ਜਾ ਰਿਹਾ, ਕੀ ਲੱਗਦਾ ਕਿਹੜਾ ਉਮੀਦਵਾਰ ਅੱਗੇ ਜਾਊਗਾ ਜੀ? ਦੇਖੋ ਹੁਣ ਕਿਹੜਾ ਲੱਗਦਾ ਬਾਈ, ਝਾੜੂ ਵਾਲਾ ਲੱਗੂ ਜੀ? ਠੀਕ ਹੈ, ਯਾਨੀ ਕਿ ਤੁਸੀਂ ਕਹਿ ਸਕਦੇ ਹੋ ਕਿ ਝਾੜੂ ਅੱਗੇ ਜਾ ਸਕਦਾ? ਹਾਂ ਝਾੜੂ ਜਾ ਸਕਦਾ। ਤਾਂ ਸੱਤਾ ਵਿੱਚ ਜੋ ਮੌਜੂਦਾ ਸਰਕਾਰ ਹੈ, ਤਾਂ ਉਹਨਾਂ ਦਾ ਜੋ ਕੈਂਡੀਡੇਟ ਹੈ ਕਹਿੰਦੇ ਉਹ ਅੱਗੇ ਜਾ ਸਕਦਾ, ਤਾਂ ਪਵਨ ਕੁਮਾਰ ਟੀਨੂ ਉਹ ਅੱਗੇ ਜਾ ਸਕਦਾ ਇਹਨਾਂ ਦਾ ਜੋ ਕਹਿਣਾ ਸੀਗਾ, ਪਰ ਅਲੱਗ ਅਲੱਗ ਵਿਊ ਮਿਲ ਰਿਹਾ ਸਾਰਿਆਂ ਤੋਂ, ਤਾਂ ਇੱਧਰ ਭਾਈ ਸਾਹਿਬ ਬੈਠੇ ਨੇ ਵੀ ਆਪਾਂ ਪੁੱਛ ਲੈਂਦੇ ਹਾਂ। ਹਾਂਜੀ ਸਰ, ਕੀ ਲੱਗਦਾ ਜਲੰਧਰ ਦਾ ਇਲੈਕਸ਼ਨ ਕਿੱਧਰ ਨੂੰ ਕਿਹੜਾ ਕੈਂਡੀਡੇਟ ਅੱਗੇ ਜਾਊਗਾ ਜੀ? ਕੋਈ ਪਤਾ ਨਹੀਂ ਜੀ ਇਸ ਵੇਲੇ, ਮਾੜਾ ਮੋਟਾ ਇਸ਼ਾਰਾ ਦੇ ਦਿਓ ਜੀ। ਇੱਧਰ ਪਵਨ ਕੁਮਾਰ ਟੀਨੂ? ਹਾਂਜੀ ਪਵਨ ਕੁਮਾਰ ਟੀਨੂ, ਪਵਨ ਕੁਮਾਰ ਟੀਨੂ, ਆਮ ਆਦਮੀ ਪਾਰਟੀ। ਠੀਕ ਆ ਜੀ, ਇਹ ਆਪਾਂ ਦੇਖ ਲੈਂਦੇ ਹਾਂ ਪਵਨ ਕੁਮਾਰ ਟੀਨੂ ਆਮ ਆਦਮੀ ਪਾਰਟੀ ਪਹਿਲੇ ਨੰਬਰ 'ਤੇ ਜਾ ਰਹੀ ਹੈ, ਪਵਨ ਕੁਮਾਰ ਟੀਨੂ ਦਾ ਇਹਨਾਂ ਨੇ ਸਮਰਥਨ ਕੀਤਾ, ਤਾਂ ਪਵਨ ਕੁਮਾਰ ਟੀਨੂ ਇੱਕ ਵਾਰ ਮੈਂ ਫਿਰ ਦੱਸ ਦੇਵਾਂ ਕਿ ਆਮ ਆਦਮੀ ਪਾਰਟੀ ਤੋਂ ਤਾਂ ਅਲੱਗ ਅਲੱਗ ਲੋਕਾਂ ਦੇ ਅਲੱਗ ਅਲੱਗ ਵਿਊ ਹੈ, ਅਲੱਗ ਅਲੱਗ ਲੋਕ ਸੋਚਦੇ ਆ ਕੀ ਕਹਿਣਾ ਉਹਨਾਂ ਦਾ ਹੁੰਦਾ, ਤਾਂ ਇੱਧਰ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ, ਹੋਰ ਸਰ ਸੁਣਾਓ ਠੀਕ ਠਾਕ ਹੋਈ? ਬਹੁਤ ਵਧੀਆ ਜੀ। ਸਰ ਜਲੰਧਰ ਦਾ ਇਲੈਕਸ਼ਨ ਕੀ ਲੱਗਦਾ, ਕਿੱਧਰ ਨੂੰ ਜਾ ਰਹੇ? ਪਰ ਕੁਛ ਨਹੀਂ ਪਤਾ ਲੱਗਦਾ, ਸਾਡੀ ਸਮਝ ਤੋਂ ਬਾਹਰ ਹੈ। ਮਾੜਾ ਮੋਟਾ ਆਈਡੀਆ ਦੇ ਦਿਓ। ਨਹੀਂ ਸਾਨੂੰ ਕੁਛ ਨਹੀਂ ਪਤਾ, ਨਹੀਂ ਤੁਹਾਨੂੰ ਮਾੜਾ ਮੋਟਾ ਦੇ ਦਿਓ, ਉਮਰ ਦਾ ਤਜਰਬਾ ਕਾਫੀ ਜ਼ਿਆਦਾ। ਦੇਖੋ ਨਹੀਂ ਉਮਰ ਦਾ ਤਜਰਬਾ, ਪਰ ਅੱਜ ਕੱਲ੍ਹ ਲੋਕਾਂ ਦਾ ਕੁਛ ਨਹੀਂ ਭੇਤ ਪਤਾ ਲੱਗਦਾ। ਉੱਧਰ ਤਜਰਬਾ ਕਿੱਦਾਂ ਦਾ ਚੱਲ ਰਿਹਾ? ਕੁਝ ਤਾਂ ਠੀਕ ਆ, ਸਾਰਾ ਦਾ ਚੱਲ ਰਿਹਾ, ਦੌੜ ਪਾ ਸਾਰੇ, ਯਾਨੀ ਕਿ ਚੁੱਪ ਚੁੱਪ ਇੱਥੇ ਵੋਟ ਕਰੋਗੇ? ਚੁੱਪ ਚੁੱਪ ਇੱਥੇ ਦੱਸਣਾ ਨਹੀਂ ਕਿਸੇ ਨੂੰ? ਨਹੀਂ ਦੱਸਣ ਵਾਲਾ ਕੰਮ ਹੀ ਨਹੀਂ ਹੈਗਾ, ਦੱਸਣ ਵਾਲਾ ਕੰਮ ਹੀ ਨਹੀਂ ਹੈਗਾ। ਅੱਜ ਕੱਲ੍ਹ ਚੁੱਪ ਚੁੱਪ ਇੱਥੇ ਪਾ ਦਿਓ, ਸਭ ਤੋਂ ਵਧੀਆ ਜੀ। ਕਹਿੰਦੇ ਚੁੱਪ ਚੁੱਪ ਇੱਥੇ ਵੋਟ ਕਰਾਂਗੇ, ਦੱਸਣਾ ਨਹੀਂ ਕਿਸੇ ਨੂੰ, ਤਾਂ ਕਿ ਮਸ਼ਹੂਰ ਹਸਤੀ ਆਪਣੇ ਨਾਲ ਕਹਿ ਸਕਦੇ ਹਾਂ ਕਿ ਵੱਡੀ ਹਸਤੀ ਵੀ ਖੜਿਆ, ਆ ਜਾਓ ਜੀ ਅੱਜ ਕੈਮਰੇ ਦੇ ਅੱਗੇ, ਤੁਸੀਂ ਆ ਜਾਓ ਹੁਣ, ਇੱਦਾਂ ਨਾ ਕਰੋ ਜੀ। ਤੁਸੀਂ ਕੀ ਲੱਗਦਾ ਕਿ ਇਲੈਕਸ਼ਨ ਕਿੱਧਰ ਨੂੰ ਜਾ ਰਿਹਾ ਜੀ? ਇਲੈਕਸ਼ਨ ਹੁਣ ਦੇਖੋ ਜੀ, ਸਾਰੇ ਹੀ ਲੱਗੇ ਹੋਏ ਆਪਣੀ ਆਪਣੀ ਦੌੜ ਦੇ ਵਿੱਚ, ਸਾਰੇ ਹੋਏ, ਅਸੀਂ ਦੇਖੋ ਵੀਡੀਓ ਬਣਾਉਣ ਲੱਗੇ ਹੋਏ ਹਾਂ, ਤੁਸੀਂ ਆਪਣਾ ਕੰਮ ਲੱਗੇ ਹੋਏ ਹੋ, ਹਰ ਇੱਕ ਬੰਦਾ ਕੋਈ ਨਾ ਕੋਈ ਕੰਮ ਲੱਗਿਆ ਹੋਇਆ, ਅਤੇ ਕਿਹੜੇ ਆਪਣੇ ਉਮੀਦਵਾਰ ਆ, ਕਿੰਨਾ ਇਲੈਕਸ਼ਨ ਜਿੱਤਣਾ ਉਹ ਵੀ ਲੱਗੇ ਹੋਏ ਆ। ਕੋਈ ਨਹੀਂ ਬੋਲਦਾ ਜੀ, ਅੱਜ ਕੱਲ੍ਹ ਹਰ ਬੰਦਾ, ਤੁਸੀਂ ਵੀ ਚੁੱਪ ਚੁੱਪੀ ਤੇ ਵੋਟ ਪਾਉਣੀ, ਦੱਸਣਾ ਨਹੀਂ ਕਿਸੇ? ਨਹੀਂ ਨਹੀਂ, ਚੁੱਪ ਚੁੱਪੀ ਤੇ ਮਾੜਾ ਮਾੜਾ ਦੱਸ ਦਿਓ ਜੀ। ਨਹੀਂ ਨਹੀਂ, ਮਾੜਾ ਮੋਟਾ ਕੋਈ ਨਹੀਂ, ਕੇਕ ਵਗੈਰਾ ਉੱਥੋਂ ਲੈ ਜਾਣਗੇ? ਕੋਈ ਨਹੀਂ, ਕੋਈ ਨਹੀਂ, ਕੇਕ ਬਹੁਤ ਦੇ ਦੇਵਾਂਗੇ, ਕੇਕ ਦੀ ਕੋਈ ਗੱਲ ਨਹੀਂ। ਕਹਿੰਦੇ ਦੱਸਣਾ ਨਹੀਂ ਗਾ, ਵੋਟ ਪਾਉਣੀ ਆ। ਲਓ ਜੀ, ਇਹਨਾਂ ਦੇ ਇਹਨਾਂ ਕੋਲ ਕਹਿੰਦੇ ਕਿ ਕਪਾਨੀਆਂ ਦਾ ਸਭ ਤੋਂ ਜੋ ਵੀ ਕਹਿੰਦੇ ਕੇਕ ਅਸੀਂ ਫ੍ਰੀ ਦੇ ਦੇਵਾਂਗੇ, ਕਿਹੜਾ ਜਿੱਤ ਗਿਆ ਪਰ ਦੱਸਣਾ ਨਹੀਂ, ਚੁੱਪ ਚੁੱਪੀ ਤੇ ਵੋਟ ਕਰਨਗੇ, ਅਲੱਗ ਅਲੱਗ ਵਿਊ ਮਿਲ ਰਿਹਾ। ਤਾਂ ਇੱਧਰ ਵੀਰ ਜੀ, ਹਾਂਜੀ ਬਾਈ ਜੀ, ਬਾਈ ਜੀ ਪਹਿਲਾਂ ਹੱਸਣ ਲੱਗ ਗਿਆ ਘਰ, ਕੀ ਲੱਗਦਾ ਕੀ ਹੈ, ਕੀ ਕਿਹੜਾ ਕਿਹਨੇ ਟੱਗੇ ਜਾਊਗਾ? ਪਤਾ ਨਹੀਂ ਵੀਰੇ ਯਾਰ, ਕਿਹੜਾ ਅੱਗੇ ਜਾਊਗਾ, ਤੁਸੀਂ ਤਾਂ ਵੋਟ ਪਾਉਣੀ ਹੈ ਨਾ? ਹਾਂਜੀ, ਦੱਸਣਾ ਤੁਸੀਂ ਵੀ ਨਹੀਂ ਰਹੇ? ਹਾਂਜੀ, ਆਪਾਂ ਵੀ ਨਹੀਂ ਦੱਸਣਾ ਕਿਵੇਂ ਪਾਉਣੀ ਹੈ, ਚੁੱਪ ਚੁੱਪੀ ਤੇ ਵੋਟ ਪਾਉਣੀ ਹੈ। ਹਾਂਜੀ, ਲਓ ਜੀ, ਚੁੱਪ ਚੁੱਪੀ ਤੇ ਜਾ ਰਹੇ ਹੋਣੇ, ਅੱਗੇ ਆ ਗਏ ਆ, ਕਹਿੰਦੇ ਦੱਸਣਾ ਨਹੀਂ ਕਿਸੇ ਨੂੰ। ਤਾਂ ਅਲੱਗ ਅਲੱਗ ਕਮੈਂਟਸ, ਅਲੱਗ ਅਲੱਗ ਵਿਊ ਮਿਲ ਰਿਹਾ। ਤਾਂ ਇੱਧਰ ਭਾਅ ਜੀ, ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਇਲੈਕਸ਼ਨ ਚੱਲ ਰਿਹਾ, ਕੀ ਲੱਗਦਾ ਕਿਉਂਕਿ ਕੌਣ ਜਿੱਤੂਗੇ ਜਲੰਧਰ ਤੋਂ? ਮਾੜਾ ਆਈਡੀਆ ਦੇ ਦਿਓ, ਇੱਕ ਦੋ ਗੱਜ ਦੱਸ ਦਿਓ ਸਾਨੂੰ। ਕੋਈ ਭਾਅ ਜੀ ਪਤਾ ਹੀ ਨਹੀਂ, ਕਹਿੰਦੇ ਨਹੀਂ ਸਾਨੂੰ ਨਹੀਂ ਪਤਾ, ਦੱਸਣਾ ਨਹੀਂਗਾ। ਚਲੋ ਕੋਈ ਗੱਲ ਨਹੀਂ, ਤਾਂ ਇੱਧਰ
ਇਹ ਬਾਈ ਜੀ ਖੜ ਗਿਆ ਲਓ ਜੀ, ਇਹ ਬਾਈ ਹੁਣ ਕਿਹਦੀ ਸਪੋਰਟ ਕਰਦੇ ਆ? ਹਾਂਜੀ ਬਾਈ ਜੀ ਕੀ ਹਾਲ ਆ? ਬਸ ਠੀਕ ਹੈ, ਠੀਕ ਠਾਕ ਹੋ? ਵਧੀਆ ਹੋ? ਕੀ ਲੱਗਦਾ ਕਿ ਜਲੰਧਰ ਤੋਂ ਕੌਣ ਜਿੱਤੂਗਾ ਜੀ? ਕੋਈ ਵੀ ਨਹੀਂ, ਨਹੀਂ ਨਹੀਂ ਮੈਂ ਲਿਸਟ ਸਾਰੇ ਆ ਮੇਰੇ ਕੋਲ, ਆ ਸਾਰੇ ਮੈਂ ਲੈ ਕੇ ਲੈ ਕੇ ਆਇਆ, ਮੈਂ ਕਿਹਾ ਕੋਈ ਨਾ ਕੋਈ ਤਾਂ ਬਾਈ ਦੱਸੂਗਾ ਨਾ, ਪਤਾ ਹੀ ਨਹੀਂ ਆਪਾਂ ਨੂੰ. ਆਮ ਆਦਮੀ ਪਾਰਟੀ, ਪਵਨ ਕੁਮਾਰ ਟੀਨੂ ਜੀ? ਪਤਾ ਨਹੀਂ ਜੀ. ਅਕਾਲੀ ਦਲ ਜੀ? ਪਤਾ ਨਹੀਂ. ਨਹੀਂ ਪਤਾ ਨਹੀਂ. ਚਲੋ ਕੋਈ ਗੱਲ ਨਹੀਂ, ਕੋਈ ਗੱਲ ਨਹੀਂ. ਇਹ ਬਾਈ ਜੀ ਕਹਿੰਦਾ ਨਹੀਂ ਮੈਂ ਨਹੀਂ ਦੱਸਣਾ. ਤਾਂ ਇੱਥੋਂ ਆਪਾਂ ਸਾਰਿਆਂ ਨਾਲ ਗੱਲਬਾਤ ਕੀਤੀ ਹੈ, ਪਰ ਅਲੱਗ ਅਲੱਗ ਵਿਊ ਸਾਰਿਆਂ ਦੇ ਆ. ਤਾਂ ਆਮ ਲੋਕ, ਆਮ ਜਨਤਾ ਦੀ ਆਵਾਜ਼ ਕੀ ਸੀ? ਬਹੁਤ ਸਾਰੇ ਵੋਟਰਾਂ ਦੇ ਕੋਲ ਗਏ, ਲੋਕਾਂ ਦੇ ਕੋਲ ਗਏ, ਤਾਂ ਬਹੁਤ ਸਾਰੇ ਕੈਮਰੇ ਦੇ ਅੱਗੇ ਆ ਕੇ ਬੋਲਣਾ ਨਹੀਂ ਸੀ ਚਾਹੁੰਦੇ, ਪਰ ਜਿਨ੍ਹਾਂ ਨੇ ਬੋਲਿਆ ਉਹ ਵੀ ਤੁਸੀਂ ਦੇਖ ਰਹੇ, ਸਾਰਾ ਕੁਛ ਦੇਖਿਆ. ਪਰ ਅਸਲ ਸਥਿਤੀ ਕੀ ਸੀ, ਅਸਲ ਗੱਲ ਕੀ ਸੀ, ਉਹ ਵੀ ਮੈਂ ਤੁਹਾਨੂੰ ਦੱਸ ਦੇਵਾਂਗਾ. ਜੇਕਰ ਪਹਿਲੇ ਨੰਬਰ 'ਤੇ ਆਪਾਂ ਗੱਲ ਕਰੀਏ ਸਰਵੇ ਦੇ ਮੁਤਾਬਕ ਨਕੋਦਰ ਦੇ ਵਿੱਚੋਂ, ਤਾਂ ਇਸ ਟਾਈਮ ਆਮ ਆਦਮੀ ਪਾਰਟੀ ਦਾ ਨਾਮ ਜ਼ਿਕਰ ਜ਼ਿਆਦਾ ਪਹਿਲੇ ਨੰਬਰ 'ਤੇ ਹੈ. ਦੂਜੇ ਨੰਬਰ ਜੇਕਰ ਗੱਲ ਕਰੀਏ ਤਾਂ BJP ਹੈ, ਯਾਨੀ ਕਿ ਭਾਰਤੀ ਜਨਤਾ ਪਾਰਟੀ. ਤਾਂ ਤੀਜੇ ਨੰਬਰ 'ਤੇ ਕਾਂਗਰਸ ਹੈ, ਕਾਂਗਰਸ ਪਾਰਟੀ, ਯਾਨੀ ਕਿ CM ਚਰਨਜੀਤ ਚੰਨੀ ਜੋ ਉਮੀਦਵਾਰ ਹੈ ਨਕੋਦਰ ਦੇ ਵਿੱਚੋਂ, ਉਹ ਤੀਜੇ ਨੰਬਰ 'ਤੇ ਹੈ. ਇਸੇ ਤਰ੍ਹਾਂ ਕ੍ਰਮਵਾਰ ਅੱਗੇ ਸਾਰੀਆਂ ਪਾਰਟੀਆਂ ਨੇ. ਪਰ ਅਸਲ ਸਥਿਤੀ ਕੀ ਹੋਵੇਗੀ, ਅਸਲ ਜੋ ਵੋਟਰ ਨੇ ਜਿੱਤ ਦਾ ਫਤਵਾ ਕਿਸ ਨੂੰ ਦਿੰਦੇ ਆ ਆਉਣ ਵਾਲੇ ਟਾਈਮ ਦੇ ਵਿੱਚ, ਉਹ ਤੁਹਾਡੇ ਸਾਹਮਣੇ ਹੋਵੇਗਾ. ਇਹ ਇੱਕ ਸਿਰਫ ਸਰਵੇ ਸੀ, ਸਰਵੇ ਸੱਚ ਵੀ ਹੋ ਸਕਦਾ ਅਤੇ ਕਈ ਵਾਰ ਸੱਚ ਵੀ ਨਹੀਂ ਵੀ ਹੁੰਦਾ. ਤਾਂ ਤੁਹਾਡੀ ਇਸ ਪ੍ਰਤੀ ਕੀ ਰਿਹਾ, ਆਪਣੀ ਕੀਮਤੀ ਕਮੈਂਟ ਕਰਕੇ ਜ਼ਰੂਰ ਦੱਸਿਓ. ਕੈਮਰਾਮੈਨ ਮਨਜੀਤ ਦੇ ਨਾਲ ਹਰਦੀਪ, ਪੈਨ ਆਰ ਨਿਊਜ਼.